कोई भी सेफ नहीं, ना तुसी सेफ जे, ना मैं सेफ हाँ। ये जिन्हों मर्जी चुके मार सकते, जिन्हों मर्जी चुके लिजा सकते, जिन्हें तो मर्जी केस रजिस्टर करा सकते। मैं कहता सी वाहगुरू तो होर जोर के डांग मारते, मैं होर जोर के वाहगुरू कहता तो होर जोर के डांग मारते, तो हिम्मत ही नहीं करता बेचारा। अगला कहता बड़ा कुट देने, जो ये तो गुंडे पाले हुए हैं, गुंडे एक सरदार नूं फड़ रहे हैं, हिंदू जेंटलमैन फड़ के पिछे सरदार चंगी पली कहता जी पग ला ला, यदि पग ला ला, यदि पग ला ला, हूँ जो पग ला के कुटदा दूर फिटे मूँह तुहाडा। सत श्री अकाल जी, मैं जसपाल सिंह, स्वागत है सारे का ब्रेन ऑन टीवी ते। पिछे जे फिरोजपुर के SSP हुंदे सी संदीप गोयल जी, उन्होंने एक स्पीच दिती सी, बड़ी धड़लेदार स्पीच सी और बड़ी फेमस हुई सी। उहदे विच उन्होंने एक कुछ गल्लां दा जिक्र किया कि हिंदुस्तान दे विच शायद सारे नालों वध तनखावां जिहड़ियां ने पुलिस डिपार्टमेंट नूं मिलदियां 70-80 हज़ार रुपया लै के भी वह कह रहे थे असीं कम नहीं करते, साडे लई शर्म वाली गल आ। लोगों ने कुछ शीशा दिखाया, उहदे लई SSP साहब ने धन्नवाद भी किया लोगों का। और उन्होंने एक गल होर टिप्पणी की कि जे कोई शिकायत लैके आ जाए, असं कहने कि साढ़े को टाइम नहीं, असं इधर जाना, असं उधर जाना, पर जे पैसे लैण की गल आए, पुलिस वाले जी रिश्वतखोरी आ वह लैण की गल आए, तो असं रात को 3 बजे उठ के भी चले जाने। इन्ना माड़ा हाल पुलिस का SSP संदीप गोयल जी ने अपनी जुबानी पेश किया, और सच्चाई भी आ। लोगों के बड़िया शिकायत आम सोशल मीडिया से TV चैनलों के अखबारों के पढ़न मिलदियां ने, बड़ा कुछ पुलिस का सामने आता भी है, चंगे पक्ष भी ने पुलिस के, पर हाल फिलहाल माड़े पक्षों के नाल पुलिस की वर्दी जी बहुत हद तक दागी हो चुकी है। और ये दागी वर्दी को किवें साफ किया जा सकता है, ये उपर असी गलबात करांगे। मेरे नाल ने शेरे पंजाब विकास पार्टी के प्रधान कैप्टन चंदन सिंह जी। कैप्टन साहब तुहाडा स्वागत है। सत श्री अकाल जसपाल जी, वाहगुरू जी का खालसा वाहगुरू जी की फतेह। कैप्टन साहब, विशा तुसीं समझ गए हो कि आपां पुलिस दे उपर गल करनी है कि जिहड़ी पुलिस की खाखी वर्दी कई पक्षों तो दागी हो चुकी है, और एक गल जिहड़े सीनियर अफसर ने वह भी एडमिट करते हैं कि हाँ साढ़े च आह कमियां हैगियां ने। ਤਾਂ ਤੁਸੀਂ ਵੀ ਇੱਕ ਵਿਜ਼ਨ ਲੈ ਕੇ ਚੱਲੇ ਹੋ, ਪਿਛਲੀ ਵਾਰ ਤੁਸੀਂ ਆਪਣਾ ਸਰਕਾਰ ਦਾ ਵਿਜ਼ਨ ਦੱਸਿਆ ਕਿ ਜੇ ਤੁਹਾਡੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ, ਤੁਸੀਂ ਉਹਨੂੰ ਵਿਜ਼ਨ ਕਲੀਅਰ ਕੀਤਾ, ਉਹਦੇ ਵਿੱਚ ਤੁਸੀਂ ਗੱਲ ਕੀਤੀ ਸੀ ਪੁਲਿਸ ਰਿਫੋਰਮ ਦੀ ਜੀ, ਤਾਂ ਅੱਜ ਉਹ ਕੰਪਲੀਟ ਸਟਰਕਚਰ ਕੀ ਹੋਏਗਾ ਤੁਹਾਡੇ, ਜੇ ਤੁਹਾਡੇ ਅੱਗੇ ਤੁਸੀਂ ਪਾਵਰ ਦੇ ਵਿੱਚ ਆਉਂਦੇ ਹੋ, ਤੁਸੀਂ ਕਿਸ ਤਰੀਕੇ ਦੀ ਪੁਲਿਸ ਨੂੰ ਦੇਖਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ? ਜਸਪਾਲ ਜੀ, ਪਹਿਲਾਂ ਤਾਂ ਮੈਂ 2-4 ਗੱਲਾਂ ਤੁਹਾਨੂੰ ਰਿਪੀਟ ਕਰ ਲਵਾਂ ਜਿਹੜੀਆਂ ਪਹਿਲਾਂ ਆਪਾਂ ਵਿਜ਼ਨ ਡਾਕੂਮੈਂਟਸ ਦੇ ਵਿੱਚ ਕਹੀਆਂ ਸੀ, ਅਤੇ ਉਸ ਤੋਂ ਬਾਅਦ ਕਿਹਾ ਸੀ ਕਿ ਵਾਰੀ ਵਾਰੀ ਇੱਕ ਇੱਕ ਕਰਕੇ ਅਸੀਂ ਜਿਹੜਾ ਵਿਜ਼ਨ ਆਪਣੇ ਪਾਰਟੀ ਦਾ ਦੱਸਾਂਗੇ ਜੀ। ਉਹਦੇ 'ਚ ਇਹ ਹੈ ਕਿ ਜਿੰਨੇ ਮੇਰੇ ਬੱਚੇ BEd ਨੇ, ਜਿੰਨੇ ਮੇਰੇ ਬੱਚੇ ਆਂਗਨਵਾੜੀ 'ਚ ਨੇ, ਜਿੰਨੇ ਮੇਰੇ ਬੱਚੇ ਨਰਸਾਂ ਨੇ, 10-10 ਹਜ਼ਾਰ ਦੀਆਂ ਨੌਕਰੀਆਂ ਕਰ ਰਹੀਆਂ ਨੇ, ਇਹ ਮੈਂ ਉਹਨਾਂ ਨੂੰ ਸਾਫ ਕਲੀਅਰ ਕਰ ਦੇਣਾ ਚਾਹੁੰਦਾ ਜੀ ਕਿ ਤੁਸੀਂ 2031-22 ਦੇ ਵਿੱਚ ਤੁਹਾਨੂੰ ਅਸੀਂ ਪਰਮਾਨੈਂਟ ਲੈਟਰ ਇਸ਼ੂ ਕਰਾਂਗੇ ਜੀ। ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਧੱਕੇ ਖਾਣ ਦੀ। ਮੈਂ ਸੁਣਿਆ BEd ਵਾਲੇ ਵਿਚਾਰੇ ਝੋਨਾ ਲਾਉਣ ਵਾਲੇ ਪ੍ਰੋਟੈਸਟ, ਕੋਈ ਜ਼ਰੂਰਤ ਨਹੀਂ ਝੋਨਾ ਲਾਉਣ ਦੀ, ਅੰਨੇ ਅੱਗੇ ਰੋਣਾ ਅਤੇ ਅੱਖੀਆਂ ਦਾ ਖੋਣਾ। ਇਹਨਾਂ ਦਾ ਤੁਹਾਨੂੰ ਦੂਜੀਆਂ ਜਿਹੜੀਆਂ ਤਨਖਾਹਾਂ ਨੇ ਉਹ ਵੀ ਮੇਰੇ ਖਿਆਲ 6 ਮਹੀਨਿਆਂ ਨੂੰ ਬੰਦ ਕਰਦੇ ਨੇ, ਉਹ ਵੀ ਨਹੀਂ ਦੇ ਸਕਣੀਆਂ ਇਹਨਾਂ ਦੀ, ਇਹ ਹਾਲਤ ਹੋ ਰਹੀ ਹੈ ਕਿਉਂਕਿ ਇਹ ਲੁੱਟ ਘਸੋਟ 'ਤੇ ਲੱਗੇ ਹੋਏ ਨੇ ਜੀ। ਅਤੇ ਇੱਕ ਮੈਂ ਦੇਖੇ ਧਰਮੀ ਫੌਜੀ, ਮੈਂ ਰੋਂਦੇ ਦੇਖੇ ਹੈ ਬੁੱਢਾ ਬੁੱਢੇ ਅਤੇ ਵਿਚਾਰੇ, ਕੋਈ ਉਹਨਾਂ ਨੂੰ ਪੁੱਛਦਾ ਨਹੀਂ, ਅਤੇ ਅਸੀਂ ਉਹਨਾਂ ਨੂੰ ਅਸ਼ੋਰ ਕਰਨਾ ਚਾਹੁੰਦੇ ਹਾਂ ਕਿ ਠੀਕ ਹੈ, ਤੁਹਾਨੂੰ ਅਸੀਂ ਹਿਊਮਨਿਟੇਰੀਅਨ ਗਰਾਊਂਡ 'ਤੇ ਜਿਹੜੀ ਹੈ ਉਹ ਪੈਨਸ਼ਨ ਲਾਵਾਂਗੇ, ਔਰ ਤੁਸੀਂ ਵੀ ਵੇਟ ਕਰ ਲਓ 1-1.5 ਸਾਲ ਜੋ ਵੀ ਹੈ। ਔਰ ਹੁਣ ਮੈਂ ਆਉਂਦਾ ਤੁਹਾਡੇ ਰਿਫੋਰਮ 'ਤੇ, ਕਿਉਂਕਿ ਆਪਾਂ ਨੇ ਕਿਹਾ ਸੀ ਪੁਲਿਸ ਰਿਫੋਰਮ, ਐਗਰੀਕਲਚਰ ਰਿਫੋਰਮਸ, ਔਰ ਹੈਲਥ ਰਿਫੋਰਮਸ, ਔਰ ਐਜੂਕੇਸ਼ਨ ਰਿਫੋਰਮਸ, ਅੱਜ ਆਪਾਂ ਪੁਲਿਸ ਦੇ ਹੀ ਗੱਲ ਕਰਾਂਗੇ। ਅੱਜ ਜਿਹੜਾ ਪੰਜਾਬ ਪੁਲਿਸ ਦਾ ਮਾਟੋ ਹੈ ਨਾ ਜੀ, ਉਹ ਹੈਗਾ ਲੁੱਟ ਘਸੁੱਟ ਅਤੇ ਕੁੱਟ ਜੀ। ਇਹ ਤਿੰਨਾਂ ਚੀਜ਼ਾਂ 'ਚ ਇਹ ਮਸ਼ਹੂਰ ਨੇ ਜੀ, ਔਰ ਇਹਨਾਂ ਦਾ ਜਿਹੜਾ ਨੈਕਸਿਸ ਹੈ ਉਹ ਪੋਲੀਟੀਕਲ ਔਰ ਪੁਲਿਸ ਨੈਕਸਿਸ ਇੱਕ ਹੈ ਜੀ। ਇਹ ਅੱਜ ਸਾਰੇ ਪੰਜਾਬ ਨੂੰ ਜੀ, ਕੋਈ ਵੀ ਸੇਫ ਨਹੀਂ, ਨਾ ਤੁਸੀਂ ਸੇਫ ਜੇ, ਨਾ ਮੈਂ ਸੇਫ ਹਾਂ। ਇਹ ਜਿਹਨੂੰ ਮਰਜ਼ੀ ਚੁੱਕ ਕੇ ਮਾਰ ਸਕਦੇ ਆ, ਜਿਹਨੂੰ ਮਰਜ਼ੀ ਚੁੱਕ ਕੇ ਲਿਜਾ ਸਕਦੇ, ਜਿਹਦੇ 'ਤੇ ਮਰਜ਼ੀ ਕੇਸ ਰਜਿਸਟਰ ਕਰਾ ਸਕਦੇ ਜੀ। ਔਰ ਇਹਨਾਂ ਦਾ ਜੇ ਤੁਸੀਂ ਦੇਖਿਆ ਹੋਵੇ ਤਾਂ ਇਹਨਾਂ ਨੇ ਇੱਕ ਖੰਨੇ ਦੇ ਵਿੱਚ ਜਿਹੜਾ ਕੇਸ ਹੋਇਆ ਸੀ, ਉਹ ਪਿਓ ਪੁੱਤਰ ਨੂੰ ਨੰਗਾ ਕਰਕੇ, ਹਮਾਕਤ ਇਹਨਾਂ ਦੀ ਦੇਖੋ, ਇੱਕ ਤਾਂ ਤੁਸੀਂ ਨੰਗਾ ਕਰਕੇ ਉਹਨਾਂ ਨੂੰ ਕੁੱਟਦੇ ਜੇ, ਫਿਰ ਤੁਸੀਂ ਉਹਦੀ ਵੀਡੀਓਗ੍ਰਾਫੀ ਕਰਾ ਕੇ, ਔਰ ਤੁਹਾਡੀ ਇਹ ਹਿੰਮਤ ਤੁਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਪਾਉਂਦੇ ਜੇ ਜੀ। ਇਹਦਾ ਮਤਲਬ ਇਹ ਹੈ ਕਿ ਮਾਨਸਿਕ ਤੌਰ 'ਤੇ ਇਹ ਲੋਕ ਸਿੱਕ ਹੋ ਚੁੱਕੇ ਨੇ, ਬਿਮਾਰ ਹੋ ਗਏ, ਬਿਮਾਰ ਹੋ ਗਏ ਨੇ ਮਾਨਸਿਕ ਤੌਰ 'ਤੇ ਬਿਮਾਰ। ਔਰ ਉਹਦੇ ਉੱਤੇ SSP ਕੋਈ ਐਕਸ਼ਨ ਨਹੀਂ ਲੈਂਦਾ ਜੀ, DGP ਕੋਈ ਐਕਸ਼ਨ ਨਹੀਂ ਲੈਂਦਾ ਟ੍ਰਾਂਸਫਰਡ। ਇੱਕ ਮੇਰੇ ਕੇਸ ਹੋਰ ਆਇਆ ਸਾਹਮਣੇ ਜੀ, ਗਿੜਬੇ ਦੇ ਵਿੱਚ ਇੱਕ ਮਰਡਰ ਹੋਇਆ ਜੀ, ਉਹਨਾਂ ਕੋਲ ਜ਼ਮੀਨ ਦੀ ਸਟੇ ਹੈ,
ਜੀ ਔਰ ਪੁਲਿਸ ਦੂਜੀ ਪਾਰਟੀ ਨੂੰ ਲੋਕਡਾਊਨ ਦੇ ਵਿੱਚ ਕਰਫਿਊ ਦੇ ਵਿੱਚ ਜੀ 10-20 ਬੰਦੇ ਭੇਜ ਜਾਓ ਤੁਸੀਂ ਵਾਹ ਲਓ ਜੀ ਉਹ ਜ਼ਮੀਨ ਪਵਾਉਂਦਿਆਂ ਉਹ ਮੁੰਡਾ ਵਿਚਾਰਾ ਰੋਕਣ ਜਾਂਦਾ ਵੀ ਮੇਰੇ ਕੋਲ ਤਾਂ ਸੇਹ ਹੈ ਜੀ ਉਹਨੂੰ ਉੱਥੇ ਮਰਡਰ ਕਰ ਦਿੱਤਾ ਜਾਂਦਾ ਨੌਜਵਾਨ ਮੁੰਡੇ ਨੂੰ ਬਲਵਿੰਦਰ ਮੇਰੇ ਖਿਆਲ ਦਾ ਨਾਂ ਜੀ ਔਰ ਉਹਦੇ 'ਚ 7 ਬੰਦਿਆਂ ਦਾ ਪਰਚਾ ਹੁੰਦਾ ਜੀ ਹਾਂਜੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਤਾਂ ਪਿੰਡ ਨੇ ਫੜ ਕੇ ਉਹਨਾਂ ਨੂੰ ਫੜਾਤਾ ਪੁਲਿਸ ਨੂੰ ਫੜਾਤਾ ਤੇ 6 ਬੰਦੇ ਅਜੇ ਤੱਕ ਅਰੈਸਟ ਹੀ ਨਹੀਂ ਹੋ ਰਹੇ ਅੱਛਾ ਜੀ ਮੈਂ ਚੀਫ ਮਿਨਿਸਟਰ ਸਾਹਿਬ ਮੈਂ ਇਹ ਤੁਹਾਨੂੰ ਇਹ ਤੋਂ ਪੁੱਛਣਾ ਚਾਹੁੰਦਾ ਵੀ ਇਹ ਤੁਸੀਂ ਸਾਡੇ ਪੰਜਾਬ ਨੂੰ ਦੇ ਰਹੇ ਜੇ ਬੈਠੇ ਜੀ ਸਾਰਾ ਗੜੀ ਫਾਰਮ ਹਾਊਸ 'ਚ ਬੈਠੇ ਇਹ ਦੇ ਰਹੇ ਜੇ ਸਾਡੇ ਪੰਜਾਬ ਨੂੰ ਤੇਰੀ ਪੁਲਿਸ ਜਿਹੜੀ ਹੈ ਮਰਡਰ ਕਰਾਉਂਦੀ ਹੈ ਜੀ ਤੇਰੀ ਪੁਲਿਸ ਫਿਰ ਉਹਨਾਂ ਨੂੰ ਕਹਿੰਦੀ ਹੈ ਮੇਰੀ ਗੱਲ ਹੋਈ ਹੈ ਮੈਂ ਗੋਇਲ SSP ਸਾਹਿਬ ਨਾਲ 2 ਵਾਰ ਟੈਲੀਫੋਨ ਕੀਤਾ ਉਹਨਾਂ ਨੇ ਨਹੀਂ ਚੱਕਿਆ ਉਹ ਬਿਜ਼ੀ ਹੋਣੇ ਵੀਡੀਓ ਕਾਨਫਰੰਸ ਹੈ ਵਗੈਰਾ ਜੀ ਤੇ ਉਹਨਾਂ ਦੇ PA ਨਾਲ ਮੇਰੀ ਗੱਲ ਹੋਈ SSP ਸਾਹਿਬ ਦੇ PA ਨਾਲ ਵੀ ਗੱਲ ਹੋਈ SHO ਨਾਲ ਵੀ ਗੱਲ ਹੋਈ ਅੱਛਾ ਜੀ ਕਹਿੰਦਾ ਜੀ ਇਨਕੁਆਇਰੀ ਚੱਲ ਰਹੀ ਹੈ ਜੀ ਅਸੀਂ ਹੁਣ 7 ਬੰਦੇ ਨਜਾਇਜ਼ ਬੰਦੇ ਅੰਦਰ ਦੇ ਦਈਏ ਅੱਛਾ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਨਜਾਇਜ਼ ਬੰਦੇ ਦਾ ਪਰਚਾ ਕਿਉਂ ਦਿੱਤਾ ਪਹਿਲਾਂ FIR ਕੱਟਤੇ ਬਾਈ ਨੇਮ FIR ਦੇਤੀ ਹੁਣ ਉਹ ਕਹਿੰਦੇ ਨਜਾਇਜ਼ ਨੇ ਔਰ ਫਿਰ 1.5 ਮਹੀਨਾ ਹੋ ਗਿਆ ਇਨਕੁਆਇਰੀ ਹੋ ਰਹੀ ਹੈ ਅੱਛਾ ਸਾਰੇ ਉਹਦੇ ਸਬੂਤ ਖਤਮ ਕਰਤੇ ਜੀ ਦੇਖੋ ਹਥਿਆਰ ਤੁਸੀਂ ਬੰਦਿਆਂ ਤੋਂ ਫੜਦੇ ਆ ਕਿਹੜੇ ਨਾਲ ਮਾਰਿਆ ਉਹ ਹਥਿਆਰ ਨਹੀਂ ਫੜੇ ਗਏ ਜੀ ਉਹਨਾਂ ਦੀ ਨਿਸ਼ਾਨਦੇਹੀ ਕਰਾਉਣੀ ਹੈ ਕਿੱਥੇ ਤੁਸੀਂ ਮਾਰਿਆ ਕਿਵੇਂ ਮਾਰਿਆ ਉਹ ਨਹੀਂ ਕੀਤੀ ਗਈ ਹੁਣ ਹਥਿਆਰ ਖਤਮ ਸਭ ਕੁਝ ਖਤਮ ਕੇਸ ਬਰੀ ਇੰਨੀ ਲੁੱਟ ਇੰਨੀ ਬੇਇੰਤਹਾ ਬੇਇਨਸਾਫੀ ਜੀ ਹਾਂਜੀ ਫਿਰ ਤੁਸੀਂ ਉਹ ਦੇਖੋ ਪ੍ਰੈਗਨੈਂਟ ਲੇਡੀ ਦਾ ਹਸਬੈਂਡ ਲੋਕਡਾਊਨ 'ਚ ਦਵਾਈ ਲੈਣ ਜਾ ਰਿਹਾ ਜੀ ਔਰ ਜਿਸ ਬੇਰਹਿਮੀ ਨਾਲ ਉਹਨੂੰ ਕੁੱਟਿਆ ਗਿਆ ਜੀ ਉਹ ਸਾਰੀਆਂ ਹੱਦਾਂ ਬੰਨੇ ਪਾਰ ਕਰ ਗਿਆ ਜੀ ਔਰ ਉਹ ਬੰਦਾ ਦੇਖੋ ਤੁਸੀਂ ਮਾਰੋ ਇੱਕ ਡੰਡਾ ਮਾਰੋ ਯਾਰ ਕਿ ਚਲੋ ਭੱਜਾ ਤੁਸੀਂ ਕੁੱਟ ਕੁੱਟ ਕੇ ਬੰਦੇ ਨੂੰ ਮਾਰ ਕੇ ਸੁੱਟ ਦਿੰਦੇ ਜੇ ਜੀ ਲੱਖ ਲਾਉਂਦੇ ਤੁਹਾਡੇ ਲੋਕਡਾਊਨ ਦੀ ਨਾ ਕਰੋ ਇਹੋ ਜਿਹਾ ਲੋਕਡਾਊਨ ਔਰ ਤੁਸੀਂ ਆ ਇੱਥੇ ਆ ਮੁਹਾਲੀ 'ਚ ਇੱਕ ਪੱਤਰਕਾਰ ਕੁੱਟਤਾ ਪਹਿਰੇਦਾਰ ਦਾ ਮੇਜਰ ਸਿੰਘ ਉਹਦੇ ਉਹ ਕਹਿੰਦਾ ਮੈਂ ਕਹਿੰਦਾ ਸੀ ਵਾਹਿਗੁਰੂ ਅਤੇ ਹੋਰ ਜ਼ੋਰ ਕੇ ਡਾਂਗ ਮਾਰਦੇ ਸੀ ਮੈਂ ਹੋਰ ਜ਼ੋਰ ਕੇ ਵਾਹਿਗੁਰੂ ਕਹਿੰਦਾ ਅਤੇ ਹੋਰ ਜ਼ੋਰ ਕੇ ਡਾਂਗ ਮਾਰਦੇ ਸੀ ਉਹ ਸਾਰਾ ਕੁੱਟ ਕੁੱਟ ਕੇ ਨੀਲਾ ਪੀਲਾ ਕਰਤਾ ਕੋਈ ਐਕਸ਼ਨ ਨਹੀਂ ਕਿਸੇ 'ਤੇ ਜੀ ਪਰਚਾ ਦਿੱਤਾ ਉਹ ਫਿਰ ਹੁਣ ਕਹਿੰਦੇ ਪਰਚਾ ਵਾਪਸ ਕਰੋ ਫਲਾਣਾ ਕਰੋ ਇਹ ਸਾਡੇ ਪੰਜਾਬ ਨੂੰ ਸਾਰਾ ਗੜੀ ਫਾਰਮ ਹਾਊਸ ਤੋਂ ਕੀ ਦਿੱਤਾ ਜਾ ਰਿਹਾ ਜੀ ਅਸੀਂ CM ਸਾਹਿਬ ਤੋਂ ਇਹ ਸਵਾਲ ਪੁੱਛਦੇ ਹਾਂ ਕਿ ਪਲੀਜ਼ ਇਹਨੂੰ ਸੰਭਾਲ ਲਓ ਆਪਦੇ ਪੰਜਾਬ ਨੂੰ ਅਜੇ ਬਹੁਤ ਮੌਕਾ ਹੈ ਹੁਣ ਆ ਗਏ ਆਪਾਂ ਇਹਨਾਂ ਦਾ ਜਿਹੜਾ ਹੈ ਇਹਨਾਂ ਦੇ ਰਿਫੋਰਮ ਕਿਵੇਂ ਲਿਆਉਣੇ ਆ ਦੇਖੋ ਪੋਲੀਟੀਕਲੀ ਤਾਂ ਅਸੀਂ ਇਹਨਾਂ ਨੂੰ ਫ੍ਰੀ ਕਰ ਦਿਆਂਗੇ ਪੁਲਿਸ ਰਿਫੋਰਮ ਟੋਟਲ ਲਾਗੂ ਕਰਾਂਗੇ ਵੈਸੇ ਮੈਂ ਟੋਕਦਾ ਜਿਵੇਂ ਲੋਕਡਾਊਨ 'ਚ ਕੁੱਟਮਾਰ ਹੋਈ ਆ ਉਹਨੂੰ ਪਹਿਲੀ ਗੱਲ ਤਾਂ ਪੁਲਿਸ ਕੁੱਟ ਨਹੀਂ ਸਕਦੀ ਕਾਨੂੰਨ ਮੁਤਾਬਕ ਸੈਕਿੰਡਲੀ ਤੁਹਾਡੀ ਗੱਲ ਵੀ ਠੀਕ ਹੈ ਜੇ ਕੁਝ ਲੱਗਿਆ ਵੀ ਤੁਹਾਨੂੰ ਸਖਤੀ ਕਰਨੀ ਆ ਜਾਇਜ਼ ਤਰੀਕੇ ਨਾਲ ਕੁੱਟੋ ਤੀਸਰੀ ਗੱਲ ਇਹ ਆ ਕਿ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਕਿਉਂ ਵਾਇਰਲ ਕੀਤੀ ਜਾ ਰਹੀ ਹੈ ਕਿਸੇ ਸਿਆਣੇ ਬਿਆਣੇ ਬੰਦੇ ਨੂੰ ਸਾਰੀ ਦੁਨੀਆਂ ਦੇ ਵਿੱਚ ਜਲੀਲ ਕਰ ਦੇਣਾ ਉਹ ਹਿਊਮੀਲੇਟ ਇਹ ਜਾਣ ਬੁੱਝ ਕੇ ਹਿਊਮੀਲੇਟ ਕਰ ਰਿਹਾ ਇਹਨਾਂ ਨੂੰ ਪਤਾ ਕਿ ਅਸੀਂ ਸਾਰਾ ਪੰਜਾਬ ਦਹਿਸ਼ਤ ਪਾ ਰਹੇ ਹਾਂ ਇਹਨੂੰ ਪਤਾ ਇਹਨਾਂ ਨੂੰ ਪੁਲਿਸ ਨੂੰ ਅਤੇ ਪੋਲੀਟੀਸ਼ੀਅਨਾਂ ਨੂੰ ਯੂਨਾਈਟਡਲੀ ਕੋਲਾਬਰੇਸ਼ਨ ਨਾਲ ਅਸੀਂ ਪੰਜਾਬ ਸਾਰਾ ਲੁੱਟ ਕੇ ਖਾ ਗਏ ਹਾਂ ਔਰ ਲੁੱਟ ਰਹੇ ਹਾਂ ਕਿ ਕੱਲ੍ਹ ਨੂੰ ਲੋਕ ਸਾਡੇ ਖਿਲਾਫ ਨਾ ਖੜੇ ਹੋ ਜਾਣ ਇਹਨਾਂ ਨੂੰ ਐਸਾ ਕੁੱਟੋ ਕਿ ਇੰਨੇ ਕੁੱਟ ਤੋਂ ਡੱਟ ਕੇ ਨਾ ਉੱਠਣ ਮਰ ਤਾਂ ਜਾਣ ਲੇਕਿਨ ਬਾਹਰ ਨਾ ਨਿਕਲ ਇਹਨਾਂ ਦੇ ਅੰਦਰ ਤੱਕ ਡਰ ਵੜ ਜੇ ਇਹਨਾਂ ਦੇ ਅੰਦਰ ਤੱਕ ਡਰ ਵੜਿਆ ਹੋਇਆ ਜੀ ਵੜ ਜੇ ਮਤਲਬ ਹੋਰ ਹਾਂ ਬਿਲਕੁਲ ਵੜ ਚੁੱਕਿਆ ਜੀ ਵੜ ਚੁੱਕਿਆ ਜੀ ਕਿ ਇਹਦੇ ਹਿੰਮਤ ਹੀ ਨਹੀਂ ਕਰਦਾ ਵਿਚਾਰਾ ਅਗਲਾ ਕਹਿੰਦਾ ਬੜਾ ਕੁੱਟ ਦੇਣੇ ਜੇ ਤਾਂ ਜੀ ਅਤੇ ਇਹ ਤਾਂ ਗੁੰਡੇ ਪਾਲੇ ਹੋਏ ਨੇ ਗੁੰਡੇ ਇਹ ਕੋਈ ਪੁਲਿਸ ਥੋੜ੍ਹੀ ਹੈ ਜੀ ਪੁਲਾਈਸ ਵਰਡ ਹੁੰਦਾ ਪੁਲਿਸ ਤੋਂ ਪੁਲਾਈਸਿੰਗ ਕਰਨੀ ਮਤਲਬ ਨਰਮੀ ਪਿਆਰ ਨਾਲ ਤੁਸੀਂ ਪਲੈਸਿੰਗ ਕਰਨੀ ਆ ਜੀ ਇਹ ਤਾਂ ਗੁੰਡੇ ਡਾਕੂ ਪਾਲੇ ਹੋਏ ਨੇ ਨਾਲ ਇਹਨਾਂ ਨੂੰ ਰਾਈਫਲਾਂ ਫੜਾਤੀਆਂ ਜੀ ਜਿਹਨੂੰ ਮਰਜ਼ੀ ਫਿਰ ਫਾਇਰ ਨਾਲ ਮਾਰ ਵੀ ਸਕਦੇ ਆ ਤੋ ਇਹਨਾਂ ਦਾ ਸੁਧਾਰ ਤਾਂ ਦੇਖੋ ਅਸੀਂ ਇੱਕ ਤਾਂ ਇਹਨਾਂ ਦੇ ਵਿੱਚ ਜਿਹੜਾ ਅਸੀਂ ਸਾਰਿਆਂ ਦੇ ਮੈਡੀਕਲ ਕਰਾਵਾਂਗੇ ਮੈਡੀਕਲ ਕਿਹੜਾ ਕਈ ਤਰ੍ਹਾਂ ਦੇ ਮੈਡੀਕਲ ਟੋਟਲ ਬੋਡੀ ਦਾ ਮੈਡੀਕਲ ਇਹਨਾਂ ਨੂੰ ਕੋਈ ਬਿਮਾਰੀ ਹੈ ਤਾਂ ਵੀ ਨਸ਼ਾ ਖਾਂਦੇ ਨੇ ਤਾਂ ਵੀ ਅਲਕੋਹਲਿਕ ਨੇ ਤਾਂ ਵੀ ਓਵਰਵੇਟ ਨੇ ਤਾਂ ਵੀ ਜੀ ਔਰ ਫਿਰ ਠੀਕ ਹੈ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਅਸੀਂ ਇਹਨਾਂ ਨੂੰ 6-6 ਮਹੀਨੇ ਫਲੋਰ ਦੇ ਵਿੱਚ ਜਾਂ PAP ਦੇ ਵਿੱਚ ਇਹਨਾਂ ਦਾ ਇਲਾਜ ਕਰਾਂਗੇ ਜੀ ਇਹਨਾਂ ਨੂੰ ਫਿੱਟ ਕਰਾਂਗੇ ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੇਮਾਂ ਵੀ ਖਿਡਾਵਾਂਗੇ ਪੜ੍ਹਾਵਾਂਗੇ ਵੀ ਜਿਹੜੇ ਉਸਦੇ ਬਾਵਜੂਦ ਵੀ ਜੀ ਸਿੱਧੇ ਨਹੀਂ ਹੋਣਗੇ ਉਹਨਾਂ ਨੂੰ ਅਸੀਂ ਘਰ ਦਾ ਰਸਤਾ ਪੈਨਸ਼ਨ ਦੇ ਕੇ ਘਰ ਨੂੰ ਤੋਰ ਦਿਆਂਗੇ ਕਿ ਸਾਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਪੰਜਾਬ ਦੀ ਨੂੰ ਤੁਹਾਡੀ ਕੋਈ ਜ਼ਰੂਰਤ ਨਹੀਂ ਕਿਉਂਕਿ ਹੁਣ ਦੇਖੋ ਮੈਂ ਤਾਂ ਇਹਨਾਂ ਨੂੰ ਇਹ ਕਹਿੰਦਾ ਵੀ ਯੰਗ ਮੁੰਡੇ ਨੇ SSP ਸਾਰੇ ਜੀ ਇਹਨਾਂ ਨੂੰ ਇਹ ਪਤਾ ਨਹੀਂ ਚਾਹੀਦਾ ਵੀ ਤੁਹਾਡੇ 'ਤੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਹੋਈਆਂ ਤੁਹਾਡੇ ਤੋਂ ਜ਼ਿਆਦਾ ਪੜ੍ਹੇ ਲਿਖੇ ਤੁਹਾਡੇ ਤੋਂ ਜ਼ਿਆਦਾ ਇੰਟੈਲੀਜੈਂਟ ਬਾਹਰ ਧੱਕੇ ਖਾਂਦੇ ਫਿਰਦੇ ਨੇ ਜੀ ਇਹ ਮੇਰਾ ਨੇ ਤੁਹਾਡੇ 'ਤੇ ਗੁਰੂ ਦੀਆਂ ਉਹ ਤੁਸੀਂ ਕਰਮ ਕੀ ਕਰ ਰਹੇ ਜੇ ਤੁਸੀਂ ਕਰਮ ਕੀ ਕਰ ਰਹੇ ਜੇ ਜੀ
ਤੁਸੀਂ ਚੰਗੇ ਘਰੋਂ ਜੇ ਖਾਂਦੇ ਪੀਂਦੇ ਜੇ ਇੰਨੇ ਤੁਸੀਂ ਕੁਕਰਮ ਕਰ ਰਹੇ ਜੇ ਤੁਸੀਂ ਲੁੱਟ ਲੁੱਟ ਕੇ ਸੁੱਟੀ ਜਾਂਦੇ ਜੇ ਕਹਿੰਦੇ ਉੱਪਰ ਮੰਥਲੀਆਂ ਦੇਣੀਆਂ ਐਸ ਐਚ ਓ ਤੋਂ ਮੰਥਲੀਆਂ ਡੀ ਐਸ ਪੀ ਤੋਂ ਮੰਥਲੀਆਂ ਫਲਾਣੇ ਤੋਂ ਮੰਥਲੀਆਂ ਉੱਪਰ ਦੇਣੇ ਜੀ ਪੈਸੇ ਕਿਉਂ ਉੱਪਰ ਦੇਣੇ ਐਸ ਐਸ ਪੀ ਸੰਦੀਪ ਗੋਇਲ ਨੇ ਇਹ ਵੀ ਗੱਲ ਕਹੀ ਸੀ ਹਰਾਮ ਦੀ ਕਮਾਈ ਖਾਓਗੇ ਬੱਚਿਆਂ ਤੱਕ ਜਾਏਗੀ ਬੱਚੇ ਤਾਂ ਇਹਨਾਂ ਦੇ ਜਾਣਗੇ ਜਾਣਗੇ ਬੀਵੀਆਂ ਨੂੰ ਕੈਂਸਰ ਹੋਣਗੇ ਬੱਚਿਆਂ ਨੂੰ ਜਾਣਗੇ ਲੇਕਿਨ ਇਹ ਸਮਝਣ ਤਾਂ ਤਾਂ ਨਾ ਜੀ ਜੇ ਇਹ ਉਹ ਸੰਦੀਪ ਅੱਗੇ ਗੋਲ ਅੱਗੇ 20-22 ਬੰਦੇ ਅਸੀਂ ਲੱਭ ਹੀ ਲੈਣੇ ਆ ਜੀ ਇਮਾਨਦਾਰ ਇਮਾਨਦਾਰ ਬੰਦੇ ਸਾਨੂੰ ਇਹਨਾਂ ਦੀ ਚੋਰਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਜਾਂ ਤਾਂ ਸੁਧਰ ਜਾਣਗੇ ਤੇ ਜਾਂ ਇਹਨਾਂ ਨੂੰ ਇਹਨਾਂ ਦੀ ਔਕਾਤ ਜਿਹੜੀ ਜਗ੍ਹਾ ਉਹ ਬਿਲਕੁਲ ਦਿਖਾ ਦਿਆਂਗੇ ਅਸੀਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਦਾ ਤੁਸੀਂ ਚੱਲੋ ਸਾਡੇ ਨਾਲ ਜੀ ਤੇ ਜੇ ਪੰਜਾਬ ਦੇ ਵਿੱਚ ਤੁਹਾਡੀ ਇੱਜ਼ਤ ਨੂੰ ਕੋਈ ਹੱਥ ਦੇਖੋ ਇੱਕ ਮੈਂ ਵੀਡੀਓ ਦੇਖਿਆ ਇੱਕ ਸਰਦਾਰ ਨੂੰ ਫੜ ਰਹੇ ਨੇ ਹਾਂਜੀ ਤੇ ਹਿੰਦੂ ਜੈਂਟਲਮੈਨ ਉਹਨੂੰ ਫੜ ਕੇ ਪਿੱਛੇ ਸਰਦਾਰ ਚੰਗੀ ਭਲੀ ਕਹਿੰਦਾ ਜੀ ਪਗਲਾ ਲਾ ਉਹ ਪਗਲਾ ਕੇ ਕੁੱਟਦਾ ਦੁਰ ਫਿੱਟੇ ਮੂੰਹ ਤੁਹਾਡਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਤਮੀਜ਼ ਕਿਸੇ ਨੇ ਸਿਖਾਈ ਨਹੀਂ ਥਾਣੇ ਲੈ ਜਾਓ ਫੜ ਕੇ ਉੱਥੇ ਪਗਲਾ ਲਿਆ ਜੇ ਤੁਸੀਂ ਪਬਲਿਕਲੀ ਕੀ ਡੈਮੋਸਟ੍ਰੇਟ ਕਰਦੇ ਜੇ ਨਾਲੇ ਪੱਗ ਲਾਉਣ ਦੀ ਤੁੱਕ ਕੀ ਲੋੜ ਕੀ ਬਣ ਗਈ ਪਗਲਾ ਲਓ ਇਹਦੀ ਪਗਲਾ ਲਓ ਐਸਾ ਮਾਨਸਿਕ ਤੌਰ ਤੇ ਦਲੀਲ ਕਰ ਦੋ ਵੀ ਬੰਦਾ ਦੁਬਾਰਾ ਹਿੰਮਤ ਨਾ ਕਰੇ ਕਿਸੇ ਗੱਲ ਦੀ ਇਹ ਸਾਰਿਆਂ ਦੇ ਜਿਹੜੇ ਜਗ੍ਹਾ ਨਾ ਸਾਨੂੰ ਪਤਾ ਇਹਨਾਂ ਦੀ ਜਗ੍ਹਾ ਕੀ ਹੈ ਵੇਚ ਐਂਡ ਬਹੁਤ ਡੇਢ ਹਿਸਾਬ ਰਹਿ ਗਿਆ ਨਾ ਜੀ ਸਾਰਿਆਂ ਨੂੰ ਇਹਨਾਂ ਦੀ ਜਗ੍ਹਾ ਦਿਖਾ ਦਿੱਤੀ ਹੈਗੀ ਪੰਜਾਬ ਦੇ ਲੋਕੋ ਤੁਸੀਂ ਭੁੱਲ ਜਾਓ ਜੋ ਤੁਹਾਡੇ ਨਾਲ ਹੋ ਰਿਹਾ ਉਹਨੂੰ ਚੱਲ ਲਓ ਡੇਢ ਸਾਲ ਹੋਰ ਚੱਲ ਲਓ ਇਸ ਤੋਂ ਇਲਾਵਾ ਨੋ ਮੋਰ ਅਸੀਂ ਆ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਖੜੇ ਹੋਵੋ ਆਓ ਪੰਜਾਬ ਚੋਂ ਸਾਰਾ ਗੰਦ ਕੱਢ ਕੇ ਪਾਸੇ ਕਰੀਏ ਔਰ ਇੰਨਾ ਵਧੀਆ ਸਮਾਜ ਸਿਰਜੀਏ ਇੰਨਾ ਵਧੀਆ ਸਮਾਜ ਸਿਰਜੀਏ ਕਿ ਜਿਹੜਾ ਮਰਜ਼ੀ ਸਿਰ ਕੱਢ ਕੇ ਤੁਰੇ ਉਹਦੀ ਕੋਈ ਹਵਾ ਨਾ ਦੇਖ ਸਕੇ ਆ ਕੈਪਟਨ ਸਾਹਿਬ ਜਿੰਨਾ ਜਿਸ ਹਿਸਾਬ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਕੱਲ ਨੂੰ ਪੁਲਿਸ ਦੇ ਵਿੱਚ ਬਗਾਵਤ ਵੀ ਪੈਦਾ ਹੋ ਸਕਦੀ ਹੈ ਸਰਕਾਰ ਦੇ ਖਿਲਾਫ ਫਿਰ ਤੁਹਾਡੇ ਕੋਲ ਕੀ ਸੋਲੂਸ਼ਨ ਆ ਮੈਂ ਇੱਕ 1978 ਬਾਦਲ ਸਾਹਿਬ ਦੀ ਸਰਕਾਰ ਸੀ ਜੀ ਤੇ ਪੁਲਿਸ ਨੇ ਬਗਾਵਤ ਕੀਤੀ ਸੀ ਜੀ ਤੇ ਇਹ ਨਾ ਬੱਸਾਂ 'ਤੇ ਚੜ੍ਹ ਗਿਆ ਅੱਗੇ ਪਟਿਆਲੇ ਪੈਸੂ ਰੋਡਵੇਜ਼ ਦੀਆਂ ਬੱਸਾਂ 'ਤੇ ਸਾਰੀਆਂ ਬੱਸਾਂ ਭਰਤੀਆਂ ਉੱਤੋਂ ਤਕਰੀਰਾਂ ਕਰਨ ਬੱਸਾਂ ਚੱਲਣ ਨਾ ਦੇਣ ਮੈਂ ਉੱਥੇ ਹੀ ਸੀਗਾ ਕੁਦਰਤੀ ਅੱਛਾ ਜੀ ਅਤੇ ਮੈਂ ਦੇਖੀ ਆਰਮੀ ਆ ਗਈ ਜੀ ਠੀਕ ਹੈ ਰੂਲ ਆਫ ਲਾਅ ਵਿਲ ਹੈਵ ਟੂ ਬੀ ਮੇਨਟੇਨ ਜੀ 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 ਆਰਮੀ ਆ ਗਈ ਆਰਮੀ ਦੇ ਕਾਲਮਸ ਇਹਨਾਂ ਨੂੰ ਬਿਨਾਂ ਦੱਸੇ ਖੱਬਿਓਂ ਦੀ ਲੰਘ ਗਏ ਵੀ ਇਹਨਾਂ ਨੂੰ ਪੂਰਾ ਘੇਰਾ ਪਾ ਲਈਏ ਇਹਨਾਂ ਦੇ ਬਿਨਾਂ ਦੱਸੇ ਖੱਬਿਓਂ ਦੀ ਕਾਲਮਸ ਲੰਘ ਗਏ ਖੱਬੇ ਸੱਜੇ ਦੋਵੇਂ ਪਾਸੇ ਦੋਨੋਂ ਪਾਸੇ ਇਹਨਾਂ ਨੂੰ ਕ੍ਰੋਸ ਕਰ ਗਏ ਇਹਨਾਂ ਨੂੰ ਪਤਾ ਲੱਗਿਆ ਫੌਜ ਆ ਗਈ ਤੇ ਜਿਉਂ ਇਹ ਭੱਜੇ ਬੱਸਾਂ ਤੋਂ ਛਾਲਾ ਮਾਰ ਕੇ ਉਹਨਾਂ ਨੇ 500 ਮੀਟਰ 'ਚ ਸਾਰੇ ਹੀ ਫੜ ਲਏ ਕਿ ਭੱਜ ਤਾਂ ਸਕਦੇ ਨਹੀਂ ਸ਼ਰਾਬੀ ਇੱਕ ਬਾਬੀ ਨਾ ਇਹਨਾਂ ਨੂੰ ਕੋਈ ਪ੍ਰੈਕਟਿਸ ਨਾ ਲੈਣਾ ਦੇਣਾ ਜੀ ਤਾਂ ਉਹ ਇਸ ਕਰਕੇ ਰੂਲ ਆਫ ਲਾਅ ਵਿਲ ਬੀ ਮੇਨਟੇਨਡ ਮੈਂ ਤਾਂ ਜੇ ਜ਼ਿਆਦਾ ਪੰਗੇ ਲੈਣਗੇ ਤਾਂ 20-22 ਮੇਜਰ ਲਿਆ ਕੇ SSP ਲਾ ਦੂੰਗਾ ਡੈਪੂਟੇਸ਼ਨ 'ਤੇ ਜੀ ਪੁਰਾਣੇ ਜ਼ਮਾਨੇ 'ਚ ਲੱਗਦੇ ਹੁੰਦੇ ਸੀ 48-49 ਜੀ DC ਜਿਹੜੇ ਸੀ ਲੈਫਟੀਨੈਂਟ ਕਰਨਲ ਲੱਗਦੇ ਹੁੰਦੇ ਸੀ ਅੱਛਾ ਜੀ ਹਾਂ 50% ਉਧਰੋਂ ਦੇ 50% ਆਰਮੀ ਤੋਂ ਲੈਂਦੇ ਸੀ ਅਸੀਂ ਸਿਸਟਮ ਸ਼ੁਰੂ ਕਰ ਦਾਂਗੇ ਦੁਬਾਰਾ ਜੇ ਮੰਨ ਲਓ ਮੇਜਰ ਆਰਮੀ ਤੋਂ ਲਿਆ ਕੇ ਲਾਉਂਦੇ ਹੋ ਫਿਰ ਤੁਹਾਡਾ ਅੱਗੇ ਦਾ ਕੀ ਪਲਾਨ ਹੋਊਗਾ ਉਹ ਮੇਜਰ ਕੀ ਕਰਨਗੇ ਅੱਗੇ ਮੇਜਰ ਵਿਲ ਡੂ ਏ ਬਿਊਟੀਫੁਲ ਪਲੈਸ਼ਿੰਗ ਉਹ ਲੋਕਾਂ ਦਾ ਫਰੈਂਡਲੀ ਕਰਨਗੇ ਲੋਕਾਂ ਨੂੰ ਬੈਠਣਗੇ ਸੁਣ ਮੈਨੂੰ ਪਤਾ ਆਰਮੀ ਦੇ ਮੇਜਰ ਕੀ ਕਰਦੇ ਤੇ ਕੀ ਨਹੀਂ ਕਰਦੇ ਜੀ ਰੁਪਈਆ ਉਹਨਾਂ ਖਾਣਾ ਨਹੀਂ ਘਰੋਂ ਰੋਟੀ ਖਾ ਕੇ ਆਉਣੀ ਚਾਹ ਨਾਲ ਲੈ ਕੇ ਆਉਣੀ ਕਿਸੇ ਦੀ ਚਾਹ ਨਹੀਂ ਪੀਣੀ ਜੀ ਅਸੀਂ ਇਹੀ ਕਰਦੇ ਰਹੇ ਨਾ ਜੀ ਤੇ ਸੇਵਾ ਕਰਨਗੇ ਡਟ ਕੇ ਤੇ ਪੰਜਾਬ ਦੀ ਅਸੀਂ ਸਾਰੀ ਅਸੀਂ ਐਸਾ ਸਿਸਟਮ ਚੇਂਜ ਕਰਾਂਗੇ ਸਾਰਾ ਹਿੰਦੁਸਤਾਨ ਹੀ ਪੈ ਜਾਊਗਾ ਕਿ ਅਸੀਂ ਵੀ ਪੰਜਾਬ ਵਰਗੇ ਹੀ ਹੋਣਾ ਜੀ ਟਾਈਮ ਇਜ਼ ਨਾਟ ਫਾਰ ਆਫ ਟਾਈਮ ਇਜ਼ ਜਸਟ 1 ਈਅਰ ਐਂਡ 3 ਮੰਥਸ ਮੈਂ ਤੁਹਾਡੇ ਤੋਂ ਟੈਕਨੀਕਲ ਗੱਲ ਜਾਣਨਾ ਚਾਹੁੰਦਾ ਹਾਂ ਵੀ ਜਿਵੇਂ ਜੇ ਮੇਜਰ ਆ ਜਾਂਦੇ ਆ ਆਰਮੀ ਤੋਂ ਤੁਸੀਂ ਡੈਪੂਟੇਸ਼ਨ ਤੇ ਮੰਗਵਾ ਲੈਂਦੇ ਪਹਿਲੀ ਗੱਲ ਤਾਂ ਕੀ ਇਹਦਾ ਲੀਗਲ ਰਸਤਾ ਹੈਗਾ ਕੋਈ ਕਿਉਂਕਿ ਜੇ ਪਹਿਲਾਂ ਅਸੀਂ ਅੱਜ ਬੰਦ ਕਰਤਾ ਕੋਈ ਖਬਰਾਂ ਲੀਗਲ ਤੌਰ ਤੇ ਵੀ ਬੰਦ ਕੀਤਾ ਕੋਈ ਬੰਦ ਨਹੀਂ ਕਰਤਾ ਕੋਈ ਨਹੀਂ ਬੰਦ ਕਰਤਾ ਅਸੀਂ ਨਹੀਂ ਇਹ ਤਾਂ ਅਸੀਂ ਯੰਗ ਮੁੰਡੇ ਫੜ ਲਾਂਗੇ ਵਧੀਆ ਜੀ DSP ਭਰਤੀ ਕਰਕੇ SSP ਦੇ ਦੇਣਗੇ ਚਾਰਜ ਰੋਕ ਸਕਦਾ ਸਾਨੂੰ ਕੋਈ ਜੀ ਰੂਲ ਆਫ ਲਾਅ ਆਮ ਟੈਲਿੰਗ ਯੂ ਜੀ ਯੂ ਹੈਵ ਵੈਰੀ ਵਾਸਟ ਪਾਵਰਸ ਗਵਰਨਮੈਂਟ ਹੈਜ਼ ਗੋਟ ਵੈਰੀ ਜੇ ਤਾਂ ਮੈਂ ਕਰਪਟ ਹੋਵਾਂ ਜੇ ਤਾਂ ਮੈਂ ਇਹਨਾਂ ਤੋਂ 50 ਕਰੋੜ ਰੋਜ਼ ਲੈਣਾ ਤਾਂ ਹੀ ਇਹਨਾਂ ਨੂੰ ਕਰਨ ਦਊਂਗਾ ਨਾ ਜੀ ਜਦੋਂ ਮੈਂ ਘਰੋਂ ਰੋਟੀ ਲੈ ਕੇ ਜਾਣੀ ਆ ਤੇ ਚਾਹ ਮੈਂ ਸੈਕਟਰੀ 'ਚ ਪੀਣੀ ਹੀ ਨਹੀਂ ਜੀ ਪੀਣੀ ਨਹੀਂ ਜੀ ਤੇ ਫਿਰ ਇਹ ਮੈਨੂੰ ਕੀ ਪੜਾਉਣਗੇ ਜੀ ਸਭ ਨੂੰ ਸਿੱਧੇ ਕਰ ਦੂੰ ਜਿਹੜੇ ਪੁਲਿਸ ਵਾਲੇ ਤੁਸੀਂ ਕਿਹਾ ਕਿ ਪਟਿਆਲੇ ਜਦੋਂ ਇਹਨਾਂ ਨੇ ਕੋਈ ਸਟ੍ਰਾਈਕ ਵਗੈਰਾ ਕੀਤੀ ਹੋਗੀ ਬਗਾਵਤ ਕੀਤੀ ਆਰਮੀ ਨੇ 500 ਮੀਟਰ ਤੱਕ ਵੀ ਨਹੀਂ ਭੱਜਣ ਦਿੱਤੇ ਕੁੱਟ ਕੁੱਟ ਕੇ ਧੂੰਗਾ ਤੇ ਉਹਨਾਂ ਨੇ ਫੜ ਲਿਆ ਪੁਲਿਸ ਵਾਲੇ ਨੂੰ ਭੱਜਿਆ ਨਹੀਂ ਗਿਆ ਅੱਜ ਵੀ ਪੁਲਿਸ ਦੇ ਵਿੱਚ ਬੜੇ ਓਵਰਵੇਟ ਲੋਕ ਨੇ ਕੋਈ ਟ੍ਰੇਨਿੰਗ ਨਹੀਂ ਇਹਨਾਂ ਦੀ ਉਹ ਤਾਂ ਮੈਂ ਪਹਿਲਾਂ ਕਹਿਤਾ ਵੀ ਇਹਨਾਂ ਨੂੰ ਮੈਡੀਕਲ ਕਰਾ ਕੇ ਇਹਨਾਂ ਨੂੰ ਟ੍ਰੇਨਿੰਗ ਸੈਂਟਰਾਂ 'ਚ ਭੇਜਿਆ ਜਾਊਗਾ ਜੀ 1 ਸਾਲ ਦਾ ਟਾਈਮ ਦਿੱਤਾ ਜਾਊਗਾ ਦੇਖੋ ਆਫਟਰ ਆਲ ਉਹਨਾਂ ਦੇ ਬੱਚੇ ਨੇ ਉਹਨਾਂ ਦੀਆਂ ਬੀਵੀਆਂ ਨੇ ਉਹਨਾਂ ਦੇ ਪਰਿਵਾਰ ਨੇ ਕਿਸੇ ਦਾ ਕੋਈ ਕਸੂਰ ਨਹੀਂ ਜੀ ਇਹ ਤਾਂ ਹੁਣ ਇਹ ਨਾ ਕਿ ਪੀ ਜਾਂਦੇ ਨੇ ਤੇ ਖਾਧੀ ਜਾਂਦੇ ਨੇ ਤੇ ਐਕਸਰਸਾਈਜ਼ ਕਰਦੇ ਨਹੀਂ
एक साल दे विच विच अगर वो फिट हो जाते हैं, मतलब वेट घटाना ही पड़ेगा। हाँ जी हाँ जी, घटाना ही पड़ेगा, तो कोई चारा ही नहीं, सानू तो फिर चाहिए ही नहीं जी। सानू तो स्लिम ट्रिम ते इंटेलीजेंट फोर्स चाहिए है जी, और पीपल फ्रेंडली फोर्स चाहिए है, लोगों नाल प्यार करे, और 50% प्रॉब्लम साड़ियाँ इतने खत्म हो जानी। अज 85% प्रॉब्लम पंजाब पुलिस करके। कैप्टन साहब, आप चंगे पक्ष की भी गल करते, जो कि मान लो पुलिस अफसर चंगा काम करते हैं तो वो होंगे भी उन्होंने रिवॉर्ड किस किस तरीके देना। तो मैं सीधी गल करदा कि जो पुलिस वधिया काम कर लग जाए तो तुहाडे मुताबक प्रमोशन का की जरिया होगा, तुहाडा की क्राइटेरिया होगा प्रमोशन का? देखो जी, आप पुलिस दे विच पंजाब प्रमोशन तो ऑलरेडी उन्होंने तय है। हाँ जी, ऑलरेडी प्रोसीजर इज लेड ऑन जी, जेडे तो हो गए करप्ट तो हो जाएंगे सुपर सीनियर। वो गल ठीक है, मतलब देख देना भी आप। हाँ ओके ओके, मैं तो हो गए डीएसपी बन जाता है, एएसआई है जी, वो डीएसपी नहीं बन सकेगा जब तक वो मेडिकल नहीं कराऊगा, जब तक उन्हें दोबारा सिलेक्शन बोर्ड के अगे जाना पेगा जी। भावें उनका माइल्ड रिटन टेस्ट थोड़ा सी घटा लाँगे उनका स्टैंडर्ड, लेकिन उन्होंने रिटन टेस्ट भी पास करना पेगा। उन्होंने एसएसपी, देखो फौज दे विच जी तुसी मेजर तो कर्नल बनना तो टेस्ट देना पैंदा, कर्नल तो ब्रिगेडियर बनना स्टाफ कॉलेज करना पैंदा, ब्रिगेडियर तो जनरल बनना तो फिर टेस्ट देना पैंदा, सारी उम्र पढ़ना पैंदा, सारी उम्र आर्मी दे विच सारी उम्र जी। अदरवाइज की होएगा कि मैं मेजर हाँ, मैं कंपनी कमांडर हाँ, मैंने आपकी जॉब नहीं आती, तो मैं लड़ाई जाना 100 बंदा मरवा देना, उन्होंने बच्चे बीवी उन्होंने सारे का मैं गुनाहगार हो गया जी। आई मस्ट नो माई जॉब, आई मस्ट नो द कंपनी आई एम लीडिंग, हाउ आई एम गोइंग टू फाइट, आई एम देयर सेवियर्स जी। तो इन्हों भी इस तरह ही इन्हों ट्रेनिंग दे के वापस उस लाइन पर लिया जाऊगा। बिल्कुल ये तो आवा उठ चुका, लेकिन सुधारण सानू एक साल लगेगा जी, एक साल तो एक महीना भी उपर नहीं लगेगा जी। तो मिसबिहेव इन्हों का पहले महीने ही बंद करा देंगे जी, कोई किसी नाल मिसबिहेव नहीं कर सकेंगे, असी तो इतों तक इन्हों का टॉर्चर भी बंद करा देना जी। तुसी जबानी कलामी पुछो उन्हों उदों उदों दा चलान करो, तुसी कुट कुट के 13 साल की कुड़ी नू करंट, ओहो उनका मर्डर हो गया। हाँ जी हाँ जी, हैं 13 साल की कुड़ी नू तुसी करंट लाउंदे जे, उहदी आपदी कुड़ी है नहीं जी, जिहड़े एसएचओ ने उहनू करंट लाया है जां एएसआई ने लाया जां हौलदार ने लाया, उहनां दी आपदीआं कुड़ियां है नहीं, 13 साल दी बच्चियां नाल तुसी कुकुरम करदे जे जी। और फिर साडे जिहड़े मानयोग चीफ मिनिस्टर साहब ने वह इतों बह के टैलीफोन के भाषण करी जा रहे हैं, उन्होंने डिसमिस करके हुण तक घर भेज दिता हों, डिसमिस करके मामे नहीं लगते साडे वो जिहड़े साडे बच्चों के इन्ना जुल्म ढा रहे, नो वे किसी नूं बख्शिया नहीं जाऊगा। इस तों अलावा एक पुलिस दे विच बड़ा जरूरी अंग आ विजिलेंस ते सीआईडी, वो एक सैपरेट डिपार्टमेंट बनाए हुए, उन्होंने बारे तुहाडा की हैगा क्राइटेरिया? दे विल बी मेड टू वर्क जी, मैं तो विजिलेंस मैं तो डिस्बैंड ही कर दूँ, इन्हू विजिलेंस खत्म करो, बिल्कुल डिस्बैंड कर दूँ, तो की मैंने दसो पिछले 10 साल तो उन्होंने औकात की है, की किया दसो जी, तनखा वाले तो अलावा छोटे छोटे अफसर फड़ ले, कोई पटवारी फड़ लिया, कोई हौलदार फड़ लिया, 5,500 रुपया लेंदा, वो सिर्फ आपकी गिनती करवाते हैं जी। जिन्होंने एसएसपी ने टिपर पाए ने, जिन्होंने एसएसपी ने ठेके लाए नाल मिल के, उन्हां दी रिपोर्टां क्यों दिंदे जी? रेता ढोंदे ने एसएसपी हिस्सेदार ने विच जी, उन्हां दी रिपोर्टां विजिलेंस क्यों नहीं दिंदा? सीआईडी उन्हां दी रिपोर्टां क्यों नहीं दिंदी जी? कोई विजिलेंस की जरूरत नहीं हैगी, असीं वैसे ही फड़ लाँगे, सानूं आउंदे फड़ने जी। ये सारा महकमा ही डिसबैंड होने वाला, ये पुराने पुराने अंग्रेजों के जमाने के बने हुए हैं। की सीआईडी कर रही जी दसो, या तो फिर सीआईडी ना लत्तां ते खड़े होकर सानूं रोज़ रिपोर्ट दिया करेगी, सीआईडी का जिहड़ा आईजी होएगा दिल्ली चीफ मिनिस्टर नूं मिलना आया करेगा सवेरे जी 10 बजे, सारी ब्रीफिंग करके जाएगा, इतने आया और इतने आया और इतने आया, नहीं तो सानूं कोई जरूरत नहीं जी। इस तों अलावा कैप्टन साहब, जिवें पीसफुल प्रोटेस्ट हुंदे आ कानून मुताबक, तुहानूं हर एक नूं अधिकार आ नागरिक नूं कि वह पीसफुली प्रोटेस्ट कर सकदा, पर अक्सर देखा जांदा कि किसी मंत्री दे जां एमएलए दे घर दे बाहर कोई प्रोटेस्ट करदा जां किते होर वी प्रोटेस्ट करदा तां फटाफट लाठीचार्ज करवा के ते उहनां नूं कुटमार करके बाहर भेज दिता जांदा। देखो जी, मतलब कि तुसीं इह लोकां नूं अधिकार दोगे पुलिस दे थ्रू भी लोग पीसफुली प्रोटेस्ट कर सकण? बिल्कुल, एवरीबॉडी हैज राइट टू प्रोटेस्ट जी, लेकिन वो आपकी जरा सीमा ना लंघन, थोड़ी वो घर बार के उन्होंने कुट देन जी, सीमा ना लंघन जी। ये तो जेडे बंदे नूं देखो तुहानूं तकलीफ है, तुसी 1,000-2,000 बंदा आके मेरे घर अगे बह गए जे जी, मेरा काम है इतों उठा बहर जाके उन्हां दे विच बैठा, उन्हां दी हर तकलीफ सुना जी, और उन्हां दा वायबल जिहड़ा हल लभ के उस वेले उन्हूं
ਖਤਮ ਕਰਾਂ ਜੀ। ਇਹ ਦੇਖੋ ਇਹ ਕਹਿੰਦੇ ਆ ਵੀ ਸਾਨੂੰ ਤਾਂ 6-6 ਪੈਨਸ਼ਨਾਂ 7-7 ਪੈਨਸ਼ਨਾਂ ਹੁਣ 7-7 ਹੋ ਜਾਣੀਆਂ ਐਮਐਲਏ ਦੀਆਂ ਸਾਨੂੰ ਤਾਂ 7-7 ਪੈਨਸ਼ਨਾਂ ਚਾਹੀਦੀਆਂ ਹਰ 5 ਸਾਲ ਬਾਅਦ ਪੈਨਸ਼ਨ। ਹਾਂ ਇਹ ਜਿਹੜੇ ਬੱਚੇ ਨੇ ਇਹ ਤੁਸੀਂ ਦੋ ਬੱਚੇ ਨੇ ਤੇ ਮੀਆਂ ਬੀਵੀ ਨੇ ਤੁਸੀਂ 15,000 ਨਾਲ ਗੁਜ਼ਾਰਾ ਕਰੋ, ਉਹਦੇ ਜੋ 3,000 ਸਾਨੂੰ ਬਿਜਲੀ ਦਾ ਬਿੱਲ ਵੀ ਦਿਓ ਜੀ। ਇਹੋ ਜਿਹੇ ਫਿਰ ਸਿਸਟਮ ਮਹਿੰਗੇ ਕਰੀ ਜਾਂਦੇ ਆ, ਤਨਖਾਹਾਂ ਘਟਾਈ ਜਾਂਦੇ ਆ, ਇਸੇ ਸਿਸਟਮ ਨੂੰ ਹੀ ਤਾਂ ਅਸੀਂ ਖਤਮ ਕਰਨਾ ਜੀ। ਦਿਸ ਸਿਸਟਮ ਵਿਲ ਬੀ ਫਿਨਿਸ਼ਡ ਜੀ। ਔਰ ਇੰਨੀ ਆਮਦਨ ਜਿਹੜੀ ਹੈ ਇਹ ਖਾ ਰਹੇ ਨੇ, ਰੇਤਾ ਖਾ ਗਏ, ਸ਼ਰਾਬ ਖਾ ਗਏ, ਘੱਟੋ ਘੱਟ 50-60 ਹਜ਼ਾਰ ਕਰੋੜ ਨੂੰ ਇਹ ਚੂਨਾ ਲਾ ਰਹੇ ਨੇ ਮਿਲ ਕੇ ਪੁਲਿਸ ਤੇ ਪੋਲੀਟੀਸ਼ੀਅਨ ਜੀ। ਪੁਲਿਸ ਤੇ ਪੋਲੀਟੀਸ਼ੀਅਨ 60 ਹਜ਼ਾਰ ਕਰੋੜ ਜੀ। ਮੈਨੂੰ ਇੱਕ ਮੇਰੇ ਦੋਸਤ ਨੇ ਟੈਲੀਫੋਨ ਕੀਤਾ ਸਿੰਗਾਪੁਰ ਤੋਂ ਜੀ, ਕਹਿੰਦਾ ਇੱਥੇ ਇੱਕ ਲੀਡਰ ਆ ਕੇ ਗਿਆ, ਪੰਜਾਬ ਦਾ ਕੋਈ ਲੀਡਰ, ਪੰਜਾਬ ਦਾ ਲੀਡਰ ਜੀ, $25 ਮਿਲੀਅਨ ਜਮ੍ਹਾਂ ਕਰਾ ਕੇ, $25 ਮਿਲੀਅਨ ਜਮ੍ਹਾਂ ਕਰਾ ਕੇ ਗਿਆ ਸਿੰਗਾਪੁਰ ਦੇ ਬੈਂਕ 'ਚ, $25 ਮਿਲੀਅਨ। ਮੈਂ ਕਿਹਾ ਉਹਦਾ ਨਾਂ ਦੱਸ ਦੇ ਜੀ। ਕਹਿੰਦਾ ਮੈਂ ਨਾਂ ਨਹੀਂ ਦੱਸਣਾ, ਹੌਲੀ ਹੌਲੀ ਰੁਕ ਜਾਓ, ਪਰ 25 ਮਿਲੀਅਨ ਹੁਣ ਦੱਸੋ ਜੇ 25-25 ਮਿਲੀਅਨ ਉਹ ਵੀ ਡਾਲਰਾਂ 'ਚ, ਡਾਲਰਾਂ 'ਚ ਉੱਥੇ ਜਮ੍ਹਾਂ ਕਰਾਉਂਦੇ ਸਿੰਗਾਪੁਰ ਜੀ, ਲੋਕਡਾਊਨ ਤੋਂ ਮਹੀਨਾ ਪਹਿਲਾਂ ਜਾ ਕੇ ਆਇਆ ਜੀ। ਹਾਂਜੀ, ਇਹ ਤਾਂ ਇਹਨਾਂ ਦੀ ਹਾਲਤ ਹੈ, ਕੋਈ 25 ਮਿਲੀਅਨ ਕਰਾ ਰਿਹਾ, ਕੋਈ 1,000 ਕਰੋੜ ਕਿਤੇ ਭੇਜ ਰਿਹਾ, ਕੋਈ 2,000 ਕਰੋੜ ਕਿਤੇ ਭੇਜ ਰਿਹਾ, ਇਹ 1,000 ਕਰੋੜਾਂ ਤੋਂ ਘੱਟ ਤਾਂ ਭਰਾ ਗੱਲ ਹੀ ਨਹੀਂ ਰਹਿ ਗਈ ਜੀ। ਅਤੇ ਲੋਕ ਵਿਚਾਰੇ ਧੱਕੇ, ਉਹਨਾਂ ਨੂੰ ਜੁੱਤੀਆਂ ਨਹੀਂ ਹੈਗੀਆਂ, ਉਹਨਾਂ ਨੂੰ ਰਾਸ਼ਨ ਨਹੀਂ ਹੈਗਾ, ਉਹ ਘਰਾਂ 'ਚ ਜੁੱਤੀਆਂ ਖਾ ਰਹੇ ਨੇ, ਧੱਕੇ ਖਾ ਰਹੇ ਨੇ, ਜਨਾਨੀਆਂ ਦੇ ਬੇੜੇ ਗਰਕ ਹੋਏ ਪਏ ਨੇ, ਜਿੰਨੇ ਬੱਚੇ ਤਹਿਸੀਲਪੁਰਾ ਤਫਜਲਪੁਰਾ ਜਾ ਕੇ ਦੇਖ ਲਓ 100% ਨਸ਼ਈ ਨੇ ਬੱਚੇ ਜੀ, ਘਰ ਉੱਜੜ ਗਏ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਮੈਨੂੰ ਵੀ ਦੱਸਿਆ, ਔਰ ਮੈਂ ਹੋਰ ਵੀ ਦੱਸਾਂ ਜੀ, ਮੈਂ ਮੇਨ ਇਹਨਾਂ ਦੇ ਜਿਹੜੇ ਆਮਦਨ ਦੇ ਸੋਰਸ ਨੇ ਜਿੱਥੋਂ ਲੁੱਟਮਾਰ ਕਰਦੇ ਆ ਜੀ, ਕੋਈ ਵੀ ਪੁਲਿਸ ਵਾਲਾ ਕਿਸੇ ਟਰੱਕ ਦਾ ਚਲਾਨ ਨਹੀਂ ਕਰ ਸਕੂਗਾ ਜੀ, ਕੋਈ ਵੀ ਪੁਲਿਸ ਵਾਲਾ ਕਿਸੇ ਟਰੱਕ ਦੇ ਪੇਪਰ ਨਹੀਂ ਚੈੱਕ ਕਰ ਸਕੂਗਾ। ਫਿਰ ਕਰੂਗਾ ਕੌਣ? DTO, ਜਿਹਦੀ ਜ਼ਿੰਮੇਵਾਰੀ ਹੈ ਜੀ। DTO ਦਾ ਕੰਮ ਹੈ ਵੀ ਆਹ ਟੈਕਸ ਟਰੱਕਾਂ ਦਾ ਮੈਨੂੰ ਟੈਕਸ ਆ ਗਿਆ ਆਨਲਾਈਨ, ਹੈ ਆਹ ਮੈਨੂੰ ਨਹੀਂ ਆਇਆ ਜੀ, ਉਹਨਾਂ ਨੂੰ ਚਿੱਠੀਆਂ ਪਾ ਕੇ ਟੈਕਸ ਗ੍ਰਾਹ ਕਰੋ, ਨਹੀਂ ਤਾਂ ਉਹਨਾਂ ਨੂੰ ਫੜੋ। ਜੇ ਪੁਲਿਸ ਚੈੱਕ ਨਹੀਂ ਕਰੂਗੀ ਤਾਂ ਸਮਗਲਿੰਗ ਹੀ ਤਾਂ ਵੱਧ ਸਕਦੀ ਹੈ ਫਿਰ। ਸਮਗਲਿੰਗ ਪੁਲਿਸ ਦਾ ਕੰਮ ਨਹੀਂ ਹੈ ਜੀ, ਟਰੱਕਾਂ 'ਚ ਜਿਹੜੀ ਸਮਗਲਿੰਗ ਹੈ ਪੁਲਿਸ ਕਿਵੇਂ ਰੋਕਦੀ ਹੈ ਜੀ? ਉਹ ਤਾਂ ਉਹਦਾ ਕੰਮ ਹੈ, ETO ਐਕਸਾਈਜ਼ ਦਾ, ਉਹਨਾਂ ਦਾ ਡਿਪਾਰਟਮੈਂਟ ਹੈ ਜੀ, ਉਹਨਾਂ ਦਾ ਜਿਹੜਾ ਛਾਪੇ ਮਾਰਨ ਵਾਲਾ ਡਿਪਾਰਟਮੈਂਟ, ਦੇ ਆਰ ਸਪੋਜ਼ ਟੂ ਚੈੱਕ ਇਹ ਟਰੱਕ 'ਚ ਕੀ ਆ ਰਿਹਾ, ਬਿਲਿੰਗ ਹੈ ਨਹੀਂ ਹੈ। ETO ਇਨਫੋਰਸਮੈਂਟ ਜੀ, ਦੈਟ ਇਜ਼ ਦੇਅਰ ਜੋਬ, ਲੈਟ ਦਮ ਡੂ ਦੇਅਰ ਜੋਬ। ਪੁਲਿਸ ਦਾ ਉਹਦੇ 'ਚ ਕੀ ਕੰਮ ਹੈ ਜੀ? ਜੀ ਸਿਰਫ ਪੈਸੇ ਇਕੱਠੇ ਕਰਨਾ। ਮੈਂ ਦੇਖਦਾ ਹਰ 20 ਕਿਲੋਮੀਟਰ 'ਤੇ ਨਾ ਖਿੜਕੀਆਂ 'ਚ ਲੱਗੇ ਹੁੰਦੇ, ਟਰੱਕਾਂ ਦੀਆਂ ਖਿੜਕੀਆਂ 'ਚ ਲਮਕਦੇ ਹੁੰਦੇ ਆ, ਫਿਰ ਐਂ ਪੈਂਟ 'ਚ ਐਂ ਪੈਸੇ ਪਾ ਲੈਂਦੇ ਆ, ਫਿਰ ਉਹਨੂੰ ਕਹਿੰਦੇ ਜਾ। ਦਿਸ ਇਜ਼ ਜਨਰਲ ਆਈ ਵਾਚ, ਮੈਂ ਹਰ 15 ਦਿਨਾਂ 'ਚ ਅੰਮ੍ਰਿਤਸਰ ਜਾਂਦਾ ਜੀ, ਜਨਰਲ ਐਵਰੀ 20 ਕਿਲੋਮੀਟਰ 'ਤੇ ਮੈਂ ਡਰਾਮਾ ਦੇਖਦਾ ਜੀ। ਇਹਨਾਂ ਨੂੰ ਹੋਰ ਕੋਈ ਕੰਮ ਨਹੀਂ, 70-80 ਹਜ਼ਾਰ ਤਨਖਾਹਾਂ ਲੈਂਦੇ ਨੇ, ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਜੀ। ਇਹਨਾਂ ਨੇ ਸਾਰੀ ਟਰੱਕਾਂ ਦੀ ਇੰਡਸਟਰੀ ਫੇਲ ਇਹਨਾਂ ਨੇ ਕੀਤੀ ਹੈ ਜੀ, ਪੁਲਿਸ ਨੇ ਫੇਲ ਕੀਤੀ ਹੈ, 2-2 ਹਜ਼ਾਰ ਤਾਂ ਖੋਹ ਲੈਂਦੇ ਜੀ, ਇਹਨਾਂ ਤਾਂ ਉਹਨਾਂ ਨੂੰ ਨਹੀਂ ਬਚਦਾ ਗਰੀਬਾਂ ਨੂੰ। ਸਿਮਿਲਰਲੀ ਆ ਜਿਹੜੀਆਂ ਇਨੋਵਾ ਪ੍ਰਾਈਵੇਟ ਚੱਲਦੀਆਂ, ਵੀ ਮੇਕ ਇਟ ਸ਼ੋਰ ਕਿ ਜਿਹੜੀ ਇਨੋਵਾ ਪ੍ਰਾਈਵੇਟ ਚੱਲਦੀ ਹੈ ਉਹ ਟੈਕਸ ਘਟਾ ਦਿਆਂਗੇ ਕਿ ਟੈਕਸ ਪੇ ਕਰ ਬਾਰਡਰ 'ਤੇ ਬਾਈ ਜੀ, ਨਹੀਂ ਤਾਂ ਤੇਰੀ ਗੱਡੀ ਛੱਡ ਕੇ DTO ETO ਦਾ ਕੰਮ ਹੈ, DTO ਦਾ ਕੰਮ ਹੈ ਜੀ, ਗੱਡੀ ਫੜ ਕੇ ਬੰਦ ਕਰ ਦਿਓ ਜੇ ਟੈਕਸ ਨਹੀਂ ਭਰਦਾ ਤਾਂ। ਉਹਨੂੰ ਕਹੇ ਭਰ ਕੇ ਆ ਬਾਈ ਜੀ, ਤੂੰ ਘੱਟ ਭਰਦੇ ਯਾਰ, ਅਸੀਂ 50% ਟੈਕਸ ਘਟਾ ਦਿਆਂਗੇ ਜੀ, 50% ਕਰ ਦਿਆਂਗੇ, ਅਫੋਰਡੇਬਲ ਕਰ ਦਿਆਂਗੇ ਜੀ, ਲੇਕਿਨ ਕੋਈ ਪ੍ਰਾਈਵੇਟ ਚਲਾਉਣੀ ਚਲਾਓ, ਬਟ ਯੂ ਮਸਟ ਪੇ ਦਾ ਟੈਕਸ ਜੀ। ਹਰ ਚੀਜ਼ ਦਾ ਹੱਲ ਹੈ, ਹਰ ਚੀਜ਼ ਦਾ ਹੱਲ ਹੈ, ਵਿਲ ਚਾਹੀਦੀ ਹੈ। ਹੋਟਲਾਂ 'ਤੇ ਰੇਡ ਵੀ ਤਾਂ ਮਾਰੀ ਜਾਂਦੀ ਆ, ਉਹ ਮੰਥਲੀ ਇਹਨਾਂ ਦੀਆਂ ਬੰਦ ਕਰਾ ਦਿਆਂਗੇ ਜੀ, ਵਿਦਆਊਟ ਡਿਪਟੀ ਕਮਿਸ਼ਨਰ ਰਿਟਨ ਆਰਡਰ। ਪੁਲਿਸ ਦਾ ਕੋਈ ਕੰਮ ਨਹੀਂ ਹੈ ਰੇਡ ਕਰਨ ਦਾ ਹੋਟਲਾਂ 'ਤੇ ਜੀ, ਉਹ ਟੈਰਿਸ ਤਾਂ ਹੈ ਨਹੀਂ ਹੁਣ, ਇਹ ਤਾਂ ਬਹਾਨਾ ਮਾਰਦੇ ਇੱਥੇ ਟੈਰਿਸ ਰਹਿ ਰਿਹਾ ਜੀ ਜੀ, ਅਤੇ ਬੰਦੇ ਅਤੇ ਜਨਾਨੀਆਂ ਨੂੰ ਫੜ ਕੇ ਲਿਆਉਂਦੇ ਸੀ। ਤੁਸੀਂ ਟੈਰਿਸ ਨੂੰ ਫੜਨ ਜਾ ਸਕਦੇ ਜੇ ਡਿਪਟੀ ਕਮਿਸ਼ਨਰ ਦੀ ਰਿਟਨ ਪਰਮਿਸ਼ਨ ਤੋਂ ਬਿਨਾਂ ਕਿਤੇ ਵੀ ਕਿਸੇ ਵੀ ਹੋਟਲ 'ਤੇ ਰੇਡ ਨਹੀਂ ਕਰ ਸਕਣਗੇ ਜੀ। ਟ੍ਰੈਫਿਕ ਦੀ ਸਿਰਫ ਟ੍ਰੈਫਿਕ ਰੂਲ ਜਿਹੜਾ ਵੋਲੇਟ ਕਰਦਾ, ਰੈੱਡ ਲਾਈਟ ਕਰਦਾ, ਓਵਰ ਸਪੀਡਿੰਗ ਕਰਦਾ, ਤੁਸੀਂ ਚਲਾਨ ਕਰ ਦਿਓ ਜੀ, ਹੋਰ ਤੁਸੀਂ ਕਿਸੇ ਟਰੱਕ ਨੂੰ GT ਰੋਡ 'ਤੇ ਨਹੀਂ ਰੋਕ ਸਕੋਗੇ ਜੀ। ਇਹਨਾਂ ਤੋਂ ਇਹ ਖਲਾਸੀ ਕਰਾ ਦਿਆਂਗੇ ਅਸੀਂ, ਜਿਹੜੀ ਆ ਇੱਕ ਹੌਲਦਾਰ ਅਜੇ 15 ਦਿਨ ਲੱਗੇ ਨੂੰ ਹੁੰਦਾ, ਕਾਰ ਪਹਿਲਾਂ ਲਈ ਫਿਰਦਾ ਜੀ ਜੀ, ਸਰ ਕੇ ਲਵੋ ਕਾਰਾਂ, ਆਪਦੀ ਕਿਸੇ ਦੀਆਂ ਜ਼ਮੀਨਾਂ ਵੀ ਹੈ, ਘਰੋਂ ਵੀ ਆਮਦਨ ਹੈ, ਬਾਹਰੋਂ ਵੀ ਤਨਖਾਹ, ਤੁਸੀਂ ਲਵੋ ਕਾਰਾਂ ਜੀ ਜੀ ਜੀ, ਪਰ ਲੁੱਟ ਘਸੁੱਟ ਬੰਦ ਕਰ ਦਿਆਂਗੇ ਜੀ। ਮੈਂ ਦੇਖਦਾ ਜਿਵੇਂ ਪੋਲੀਟੀਸ਼ੀਅਨਸ ਨੇ ਜਾਂ CM ਲੈਵਲ ਦੇ ਬੰਦੇ ਹੋ ਗਏ, ਹੋਰ ਸੀਨੀਅਰ ਬੰਦੇ ਹੋ ਗਏ, ਉਹ ਛੋਟੇ ਛੋਟੇ ਅਫਸਰਾਂ ਨੂੰ ਬੜਾ ਤੰਗ ਕਰਦੇ, ਜਿਵੇਂ ਕਿਤੇ ਜਾਣਾ ਆਉਣਾ, ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ, ਉਹਦਾ ਖਰਚਾ ਫਿਰ ਲੋਕਲ ਪ੍ਰਸ਼ਾਸਨ 'ਤੇ ਜਾਂ ਪੁਲਿਸ 'ਤੇ ਪਾ ਦਿੱਤਾ ਜਾਂਦਾ ਆ, ਰੋਟੀ ਪਾਣੀ ਦਾ, ਹੋਰ ਕਈ ਕਿਸਮ ਦੇ ਖਰਚੇ। ਮੈਂ ਪਹਿਲਾਂ ਹੀ ਕਿਹਾ ਜੀ, ਪੁਲਿਸ ਉੱਥੇ ਆਏਗੀ ਨਹੀਂ, ਅਪਡੇਟ ਅਗਰ CM ਨੂੰ ਕੰਮ ਜਾਏ, DC ਦੇ ਆਫਿਸ ਜਾਏ, SSP ਦੇ ਆਫਿਸ ਜੀ, ਕਿਉਂ ਬੁਲਾਏ ਉੱਥੇ ਉਹਨੂੰ, ਰੋਟੀ ਪਾਣੀ ਉਹਦੀ ਪਾਰਟੀ ਖਵਾ ਦੇ ਜਾਂ ਆਪਦੇ ਘਰੋਂ ਲੈ ਕੇ ਜਾਵੇ, ਆਪਦਾ ਉੱਥੇ ਬਿੱਲ ਪੇ ਕੇ ਆ ਕੇ ਆਵੇ। ਦੇਖੋ ਅਸੀਂ ਆਰਮੀ 'ਚ ਜਾਂਦੇ ਹਾਂ,
ਅਸੀਂ ਡਿਊਟੀਆਂ 'ਤੇ ਜਾਂਦੇ ਹਾਂ, ਸਾਰੇ ਜਾਂਦੇ ਹਾਂ, ਵੀ ਪੇ ਆਰ ਮੈਸ ਬਿੱਲ ਬਾਈ, ਅਸੀਂ ਉਹ ਕਹਿੰਦੇ ਲਿਆਓ ਜੀ, ਆਪ ਖਾਈਦਾ ਹੈ, ਪੀਈਦਾ, ਸਭ ਕੁਝ ਕਰੀਦਾ ਹੈ, ਅਤੇ ਉਹਨਾਂ ਨੂੰ ਕਹੀਦਾ ਮੈਸ ਬਿੱਲ ਲਿਆ ਬਈ, ਉਸ ਵੇਲੇ ਸਾਈਨ ਕਰਕੇ ਉਹਦੇ ਚੈੱਕ ਹੱਥ ਫੜਾਈਦਾ, ਅਤੇ ਸੀ ਐੱਮ ਨੂੰ ਥੋੜ੍ਹਾ ਪਤਾ ਮਿਲਦਾ ਜੀ, ਥੋੜ੍ਹਾ ਇਹਦਾ ਫੰਡ ਹੈ। ਵਾਈ ਸ਼ੁੱਡ ਹੀ ਟੈਕਸ ਦਾ ਡੀ ਟੀ ਓ, ਵਾਈ ਹੀ ਸ਼ੁੱਡ ਟੈਕਸ ਦਾ ਈ ਟੀ ਓ, ਵਾਈ ਹੀ ਸ਼ੁੱਡ ਟੈਕਸ ਦਾ ਤਹਿਸੀਲਦਾਰ, ਚਾਰ ਚਾਰ ਪੰਜ ਲੱਖ ਦੇ ਬਿੱਲ ਬਣਾਉਂਦੇ ਨੇ, ਕਿਉਂ ਭਾਈ ਜੀ, ਕਿਉਂ? ਆਪਦੀ ਜੇਬ 'ਚੋਂ ਰੋਟੀ ਖਾਏ ਔਰ ਖਾ ਕੇ ਘਰਾਂ ਨੂੰ ਆਏ ਜੀ, ਜਾਂ ਇਹਦੀ ਪਾਰਟੀ ਖਵਾਏ। ਸਰਕਾਰੀ ਅਫਸਰ ਕੋਈ ਉੱਥੇ ਨਹੀਂ ਇਹਨਾਂ ਨੂੰ ਰੋਟੀਆਂ ਖਵਾਏਗਾ, ਅਤੇ ਨਾ ਉੱਥੇ ਆਏਗਾ ਜੀ, ਅਸੀਂ ਕਿਸੇ ਨੂੰ ਆਉਣ ਹੀ ਨਹੀਂ ਦੇਣਾ। ਓਫੀਸ਼ਲੀ ਤਾਂ ਜਿਹੜਾ ਕੰਮ ਕਾਰ ਆ ਸਰਕਾਰੀ, ਉਹਦੇ ਬੇਸ 'ਤੇ ਤਾਂ ਆ ਸਕਦੇ ਆ। ਓਫੀਸ਼ੀਅਲ ਬੇਸ 'ਤੇ ਅਸੀਂ ਉਹ ਖੁਦ ਉਹਨਾਂ ਕੋਲ ਚਲੇ ਜਾਵਾਂਗੇ ਨਾ। ਅੱਛਾ, ਸੀ ਐੱਮ ਖੁਦ ਜਾਏ ਜੇ ਸੀ ਐੱਮ ਨੂੰ ਕੰਮ ਹੈ, ਨਹੀਂ ਤਾਂ ਸੀ ਐੱਮ ਡੀ ਜੀ ਪੀ ਨੂੰ ਕਹੇ ਨਾ, ਸੀ ਐੱਮ ਦਾ ਐੱਸ ਐੱਸ ਪੀ ਨਾਲ ਕੀ ਕੰਮ ਹੈ ਜੀ? ਥਰੂ ਪ੍ਰੋਪਰ ਚੈਨਲ ਜਾਓ ਜੀ, ਯੂ ਟੈਲ ਡੀ ਜੀ ਪੀ, ਯੂ ਟੈਲ ਆਈ ਜੀ ਜੀ, ਯੂ ਨੀਡ ਨਾਟ ਟੂ ਟਾਕ ਟੂ ਐੱਸ ਐੱਸ ਪੀ ਐਵਰੀ ਡੇ ਮੋਰਨਿੰਗ, ਗੋ ਐਂਡ ਕਾਲ ਹਿਮ ਜੀ, ਐਂਡ ਹੀ ਮੇਕ ਹਿਮ ਟੂ ਵੇਟ ਫਾਰ 5 hours, 6 hours, 7 hours ਜੀ। ਫਿਰ ਚੇਨ ਆਫ ਕਮਾਂਡ ਤਾਂ ਰਹੀ ਕੋਈ ਨਾ ਜੀ, ਚੇਨ ਆਫ ਕਮਾਂਡ ਹੀ ਤੁਸੀਂ ਖਤਮ ਕਰਤੀ ਨਾ, ਤੁਹਾਡਾ ਮਤਲਬ ਵੀ ਕੋਈ ਨਹੀਂ ਉੱਥੇ ਜਾ ਕੇ। ਉਹ 8 ਘੰਟੇ ਪਹਿਲਾਂ ਤਾਂ ਇੱਥੋਂ ਲੈ ਕੇ ਲਾਈਨਾਂ ਲੱਗੀਆਂ ਸੜਕਾਂ 'ਤੇ, ਫਿਰ ਉੱਥੇ ਆ ਕੇ ਖੜ੍ਹੇ ਰਹਿੰਦੇ ਨੇ, ਫਿਰ ਏਅਰਪੋਰਟ ਤੋਂ ਲੈਣ ਜਾਂਦੇ ਨੇ, ਫਿਰ ਪੁਜਾਈ ਫਿਰਦੇ ਨੇ ਗੱਡੀਆਂ, ਫਿਰ ਉੱਥੇ ਖੜ੍ਹੇ ਰਹਿੰਦੇ ਨੇ, ਫਿਰ ਸਰਕਟ ਹਾਊਸ ਦੇ ਬਾਹਰ 500 ਪੁਲਿਸ ਦਾ ਬੰਦਾ। ਵਟ ਨੌਨਸੈਂਸ ਇਜ਼ ਦਿਸ ਜੀ, ਦਿਸ ਨੌਨਸੈਂਸ ਵਿਲ ਬੀ ਟੋਟਲੀ ਸਟੋਪ। ਇੱਕ ਮੈਂ ਹੋਰ ਗੱਲ ਬੜੀ ਹੈਰਾਨੀ ਵਾਲੀ ਦੇਖਣ ਵਾਲੀ, ਜਿਹੜੇ ਪੁਲਿਸ ਅਫਸਰ ਸੀਨੀਅਰ ਅਫਸਰ ਰਿਟਾਇਰਡ ਹੋ ਚੁੱਕੇ ਨੇ ਜਾਂ ਕੁਝ ਮੰਤਰੀ ਨੇ, ਉਹਨਾਂ ਦੇ ਕੋਲ ਬੜੀ ਇਸ ਟਾਈਮ ਸਿਕਿਉਰਟੀਆਂ, ਭਾਰੀ ਸਿਕਿਉਰਟੀਆਂ ਲੈ ਕੇ ਆ, ਸਵੇਰੇ ਸ਼ਾਮ ਦੇਖੀਦਾ ਸੜਕਾਂ 'ਤੇ ਕੁੱਤਿਆਂ ਨੂੰ ਸੈਰ ਕਰਾਉਂਦੇ ਹੁੰਦੇ ਆ, ਨਾਲ ਉਹਨਾਂ ਦੇ ਸਿਕਿਉਰਟੀ ਗਾਰਡ ਹੁੰਦੇ ਆ, ਔਰ ਕਿੰਨਾ ਬਰਡਨ ਜਿਹੜਾ ਪੁਲਿਸ ਦਾ ਇੱਦਾਂ ਵੀ ਜਾ ਰਿਹਾ, ਐਨਰਜੀ ਵੇਸਟ ਹੋ ਰਹੀ ਹੈ ਪੰਜਾਬ ਪੁਲਿਸ ਦੀ। ਇੱਕ ਦੇ ਕੋਲ ਵੀ ਨਹੀਂ ਰਹੇਗਾ ਗਨਮੈਨ, ਇੱਕੋ ਹੀ ਗਨਮੈਨ ਰਹੇਗਾ, ਓਨਲੀ ਵਨ। ਦੇਖੋ ਡੀ ਜੀ ਪੀ ਜਨਰਲ ਮਲਿਕ ਰਿਟਾਇਰਡ ਹੈ, ਹਾਂਜੀ, ਚੀਫ ਆਫ ਆਰਮੀ ਸਟਾਫ ਰਿਟਾਇਰਡ ਹੈ, ਕਿੰਨੇ ਗਨਮੈਨ ਨੇ ਉਹਦੇ ਘਰੇ ਜੀ? ਓਨਲੀ ਵਨ। ਉਹ ਜਾਓ ਤੁਸੀਂ, ਤੁਹਾਡੇ ਕਾਰ 'ਚ ਨਾਲ ਬਹਿ ਕੇ ਚਲਾ ਜਾਏ ਜੀ, ਅਦਰਵਾਈਜ਼ ਉਹ ਤੁਹਾਡੇ ਨਾਲ ਦੇ ਕਮਰੇ 'ਚ ਬੈਠਾ, ਗਰਾਜ 'ਚ ਰੱਖ ਲਏ ਹੋਣੇ, ਮੈਨੂੰ ਗਰਾਜ 'ਚ ਹੀ ਰੱਖਦੇ ਆ ਜੀ, ਉੱਥੇ 100 ਗਨਮੈਨਾਂ 'ਚ ਕੋਈ ਜ਼ਰੂਰ ਸਾਰੇ ਵਿਡਰਾਅ ਹੋ ਜਾਣਗੇ, ਕਿਸੇ ਕੋਲ ਕੋਈ ਨਹੀਂ ਰਹੇਗਾ ਜੀ, ਕੋਈ ਕਿਸੇ ਨੂੰ ਖਤਰਾ ਨਹੀਂ, ਕਦੀ ਕਿਸੇ 'ਤੇ ਕੋਈ ਹਮਲਾ ਨਹੀਂ ਹੋਇਆ ਅੱਜ ਤੱਕ ਜੀ, ਅੱਜ ਤੱਕ ਕਦੀ ਕਿਸੇ 'ਤੇ ਫਾਇਰਿੰਗ ਹੋਈ ਹੈ ਜੀ, ਤਾਂ ਕਿਉਂ 200 ਗਨਮੈਨ ਰੱਖੇ ਨੇ? ਸਾਰੇ ਵਿਡਰਾਅ ਕਰਾਂਗੇ, ਟੋਟਲ ਆ ਲੈ ਲਓ, 5 ਜਨਰਲ ਸੈਕਟਰੀਆਂ ਸੁਕਟਰੀਆਂ ਦੇ ਗਨਮੈਨ ਵਿਡਰਾਅ ਹੋਣਗੇ, ਨਾ ਗੰਦੇ ਕੰਮ ਕਰੋ ਨਾ ਤੁਹਾਨੂੰ ਗਨਮੈਨ, ਅਸੀਂ ਕਦੀ ਗਨਮੈਨ ਰੱਖਣਾ ਹੀ ਨਹੀਂ ਜੀ, ਸਾਨੂੰ ਗਨਮੈਨ ਦੀ ਜ਼ਰੂਰਤ ਹੀ ਨਹੀਂ ਜੀ, ਕੰਮ ਚੰਗੇ ਕਰੋ। ਇੱਕ ਅੱਧਾ ਗਨਮੈਨ ਠੀਕ ਹੈ ਜੀ, ਪਰ ਤੁਸੀਂ 40-40 5-500 ਬੰਦਾ ਗਨਮੈਨ, 200-200 ਬੰਦਾ ਗਨਮੈਨ, ਨੌਨਸੈਂਸ, ਦਿਸ ਇਜ਼ ਅ ਵੇਸਟ ਆਫ ਮਨੀ, ਪਾਰ, ਮੈਨ ਪਾਰ, ਐਵਰੀਥਿੰਗ ਜੀ। ਅਗਰ ਇਹੀ ਅਸੀਂ ਰੋਕ ਲਈਏ ਨਾ, 1,000 crore ਤਾਂ ਇੱਥੇ ਵੱਜਦਾ ਸਾਲ ਦਾ, ਸਿਰਫ ਗਨਮੈਨ ਸਿਕਿਉਰਿਟੀ ਰੋਕਣ ਦੇ ਉੱਤੇ। ਜੇ ਤੁਸੀਂ 5,000 ਬੰਦਾ ਫਾਲਤੂ ਰੱਖੀ ਬੈਠੇ, ਜੇ 5 × 70,000 ਤਨਖਾਹ ਕਰੋ, ਕੈਲਕੂਲੇਟ ਕਰੋ ਕਿੰਨਾ ਹੋ ਗਿਆ, 5,000 × 70,000 ਕੈਲਕੂਲੇਟ ਕਰੋ, 35, 7, 5, 35, 350, ਹਾਂਜੀ, 350 crore ਜੀ, ਕਿਉਂ ਵੇਸਟ ਕਰਦੇ ਜੀ? ਫਿਰ ਕਹਿੰਦੇ ਫਲਾਣੇ ਨੂੰ ਦੇਣ ਵਾਸਤੇ ਸਾਨੂੰ ਤਨਖਾਹਾਂ ਨਹੀਂ ਹੈਗੀਆਂ, ਬੱਚਿਆਂ ਨੂੰ ਕੁੱਟਦੇ ਜੇ, ਵਾਈ ਯੂ ਵੇਸਟ ਸੋ ਮਚ ਓ ਮਨੀ। ਮੈਂ ਇੱਕ ਆਖਰੀ ਸਵਾਲ ਵੱਲ ਵੱਧਦਾ, ਤੁਸੀਂ ਆਪਾਂ ਸਟਾਰਟਿੰਗ 'ਚ ਜਿਹੜੀ ਗੱਲਬਾਤ ਕੀਤੀ ਸੀ ਕਿ ਜਿਹੜੇ ਆਰਮੀ ਦੇ ਆਫਿਸਰ ਨੇ, ਮੇਜਰ ਹੋ ਗਏ ਜਾਂ ਹੋਰ ਸੀਨੀਅਰ ਆਫਿਸਰ ਨੇ, ਉਹਨਾਂ ਨੂੰ ਤੁਸੀਂ SSP ਲਾਓਗੇ, DGP ਤੁਸੀਂ ਕਿਹਾ ਸੀ ਵੀ ਬਣਾ ਦਾਂਗੇ ਅਸੀਂ ਆਰਮੀ ਦਾ ਕੋਈ ਜਨਰਲ, ਤਾਂ ਇਹਦੇ ਕੋਈ ਟੈਕਨੀਕਲ, ਮੈਂ ਡਿਟੇਲ 'ਚ ਜਾਣਨਾ ਚਾਹੁੰਦਾ ਵੀ ਟੈਕਨੀਕਲ ਚੀਜ਼ਾਂ ਕਿਵੇਂ ਹੋ ਸਕਦੀਆਂ ਨੇ ਪੁਰਾਣੇ ਜ਼ਮਾਨੇ 'ਚ, ਆਰਮੀ ਦੀ ਲੋੜ ਵੀ ਕਿਉਂ ਪੈ ਗਈ ਪੁਰਾਣੇ ਜ਼ਮਾਨੇ 'ਚ? ਜਿੰਨੇ ਵੀ 50% IAS ਜਿਹੜੇ ਸੀ ਉਹ ਆਰਮੀ ਤੋਂ ਆਉਂਦੇ ਸੀ ਜੀ, ਉਹ ਤਾਂ ਆਰਮੀ ਵਾਲਿਆਂ ਰਿਫਿਊਜ਼ ਕਰਤਾ ਜੀ, ਉਹ ਕਹਿੰਦੇ ਨੋ, ਆਰ ਸਟੇਟਸ ਇਜ਼ ਮਚ ਹਾਇਰ ਦੈਨ ਦੈਮ, ਸਾਡਾ ਸਟੇਟਸ ਇਹਨਾਂ ਤੋਂ ਬਹੁਤ ਉੱਚਾ। ਪੁਲਿਸ ਵਾਲਿਆਂ ਤੋਂ? ਪੁਲਿਸ ਵਾਲਿਆਂ ਤੋਂ ਕਿਹਾ, DC ਤੋਂ ਵੀ ਕਿਹਾ, ਉਹਨਾਂ ਦੀਆਂ ਤਨਖਾਹਾਂ ਵੀ ਜ਼ਿਆਦਾ, ਉਹਨਾਂ ਨੂੰ ਫੈਸਿਲਿਟੀ, ਮੈਸ ਫੈਸਿਲਿਟੀ, ਫਲਾਣਾ ਫੈਸਿਲਿਟੀ, ਉੱਥੇ ਲੜਨਾ ਹੀ ਹੈ ਨਾ ਜੀ, ਸਿਰਫ ਉਹ ਦੇ ਆਰ ਬਿਲਡ, ਉਹ ਲੜਾਈ ਕਰਨ ਵਾਸਤੇ ਰੱਖੇ ਆ ਜੀ, ਉਹ ਦੇ ਰਿਫਿਊਜ਼ ਟੂ ਕੰਮ, ਉਹਨਾਂ ਲਿਖ ਕੇ ਦਿੱਤਾ ਵੀ ਅਸੀਂ ਨਹੀਂ ਆਉਣਾ ਡੈਪੂਟੇਸ਼ਨ 'ਤੇ, ਅਦਰਵਾਈਜ਼ ਦੇ ਕੇ ਕੰਮ ਹੋਣ ਡੈਪੂਟੇਸ਼ਨ। ਬਰਨਾਲੇ ਦਾ ਜੁਆਈ ਨਹੀਂ ਸੀ ਮੇਜਰ ਡੈਪੂਟੇਸ਼ਨ ਦੇ ਉਹਦੇ ਨਾਲ ਜੀ, ਸੰਧੂ, ਮੇਜਰ ਸੰਧੂ ਬਰਨਾਲੇ ਦਾ ਜੁਆਈ ਜੇ ਉਹਦੇ ਨਾਲ ਡੈਪੂਟੇਸ਼ਨ ਰਹਿ ਸਕਦਾ, ਤਾਂ ਮੈਂ SSP ਕਿਉਂ ਨਹੀਂ ਲਿਆ ਸਕਦਾ ਡੈਪੂਟੇਸ਼ਨ 'ਤੇ ਜੀ? ਕੋਈ ਪ੍ਰੋਬਲਮ ਨਹੀਂ ਹੈ ਲੀਗਲੀ ਐਨੀਥਿੰਗ, ਮਤਲਬ ਆਰਮੀ ਵਾਲੇ ਬੰਦੇ ਆ ਸਕਦੇ, ਆ ਸਕਦੇ ਹੈ ਜੀ, ਅਸੀਂ ਰਿਕੁਜ਼ੀਸ਼ਨ ਕਰ ਸਕਦੇ ਹਾਂ ਜੀ, ਥਰੂ ਗਵਰਨਮੈਂਟ, ਮਿਨਿਸਟਰੀ ਆਫ ਡਿਫੈਂਸ ਵੀ ਸਾਨੂੰ ਇੰਨੇ ਬੰਦੇ ਦਿਓ ਜੀ, ਉਹ ਦੇ ਦੇਣਗੇ, ਕਿਉਂਕਿ ਪੁਰਾਣੇ ਜ਼ਮਾਨੇ 'ਚ ਆਉਂਦਾ ਹੀ, ਹੁਣ ਤਾਂ ਛਾਲਾ ਮਾਰ ਕੇ ਆਉਣਗੇ ਜੀ। ਕੈਪਟਨ ਸਾਹਿਬ, ਤੁਸੀਂ ਗੱਲਾਂ ਬੜੀਆਂ ਧੜੱਲੇਦਾਰ ਕੀਤੀਆਂ, ਹੋਰ
ਇਹਦਾ ਅਸਰ ਕੀ ਹੁੰਦਾ ਲੋਕਾਂ ਦੇ ਉੱਪਰ ਸਿਸਟਮ ਦੇ ਉੱਪਰ ਇਹ ਸਮਾਂ ਦੱਸੇਗਾ ਆਉਣ ਵਾਲਾ। ਔਰ ਦੂਜੀ ਗੱਲ ਇੱਕ ਇਹ ਵੀ ਹੈ ਕਿ ਆਪਾਂ ਦੇਖਿਆ ਭਾਵੇਂ ਲੋਕਡਾਊਨ ਦੇ ਵਿੱਚ ਕੁੱਟਮਾਰ ਬਥੇਰੀ ਹੋਈ ਲੋਕਾਂ ਦੇ ਨਾਲ, ਪਰ ਕਈ ਪੁਲਿਸ ਵਾਲਿਆਂ ਨੇ ਆਪਣੀ ਜੇਬ ਦੇ ਵਿੱਚੋਂ ਲੋਕਾਂ ਨੂੰ ਰਾਸ਼ਨ ਵੀ ਵੰਡਿਆ, ਉਹ ਵੀ ਸ਼ਲਾਘਾਯੋਗ। ਬੜੇ ਪਿਆਰੇ ਬੱਚੇ ਨੇ ਜੀ, ਮੈਂ ਜਿੰਨੀ ਉਹਨਾਂ ਦੀ ਤਾਰੀਫ ਕਰੋ ਓਨੀ ਘੱਟ। ਉਹਨਾਂ ਨੇ ਆਪਦੀਆਂ ਤਨਖਾਹਾਂ 'ਚੋਂ ਰਾਸ਼ਨ ਵੰਡਿਆ। ਦੇ ਹੈਵ ਸੈਟ ਅਪ ਐਨ ਐਗਜ਼ੈਂਪਲ ਕਿ ਹਰ ਬੰਦਾ ਬੁਰਾ ਨਹੀਂ ਹੈ ਜੀ, ਹਰ ਬੰਦਾ ਬੁਰਾ ਨਹੀਂ ਹੈ, ਅੱਛੇ ਇਨਸਾਨ ਵੀ ਬਹੁਤ ਹੈ ਜੀ। ਤੇ ਅਸੀਂ ਉਹਨਾਂ ਦੇ ਤਾਂ ਉਹ ਹੀ ਤਾਂ ਅਸੀਂ ਚਾਹੁੰਦੇ ਹਾਂ ਜੀ, ਸਾਨੂੰ ਉਹੋ ਜਿਹੇ ਤਾਂ ਚਾਹੀਦੇ ਹੈ, ਸਾਨੂੰ ਕੁੱਟਣ ਮਾਰਨ ਵਾਲੇ ਨਹੀਂ ਚਾਹੀਦੇ ਜੀ। ਧੰਨਵਾਦ ਕੈਪਟਨ ਸਾਹਿਬ, ਤੁਹਾਡਾ ਗੱਲਬਾਤ ਸਾਰੀ ਜੋ ਵੀ ਹੋਈ ਆ ਤੁਸੀਂ ਸੁਣ ਲਈ ਆ, ਤੁਹਾਡੇ ਜੋ ਵੀ ਵਿਚਾਰ ਬਣਦੇ ਹੋਣ ਤੁਸੀਂ ਕਮੈਂਟਸ ਦੇ ਰਾਹੀਂ ਦੱਸੋ। ਔਰ ਕੈਪਟਨ ਸਾਹਿਬ ਦਾ ਨੰਬਰ ਵੀ ਜੇ ਤੁਹਾਡੀ ਆਗਿਆ ਹੋਵੇ ਤਾਂ। ਹਾਂਜੀ, ਇੱਕ ਤਾਂ ਮੇਰਾ ਨੰਬਰ ਸਾਰਿਆਂ ਨੂੰ ਦਿਓ ਜੀ, ਇੱਕ ਮੈਂ ਬੇਨਤੀ ਕਰਦਾ ਕਿ ਜਿਹੜਾ ਅਗਲਾ ਮੇਰਾ ਵਿਜ਼ਨ ਹੋਏਗਾ ਉਹ ਐਗਰੀਕਲਚਰ 'ਤੇ ਹੋਏਗਾ। ਅਗਲੀ ਜਿਹੜੀ ਸਾਡੀ ਵੀਡੀਓ ਹੈਗੀ ਐਗਰੀਕਲਚਰ ਬਾਰੇ, ਸਾਡੀ ਪਾਰਟੀ ਦਾ ਕੀ ਵਿਜ਼ਨ ਹੋਏਗਾ ਜੀ, ਔਰ ਕਿਵੇਂ ਕਿਸਾਨਾਂ ਨੂੰ ਅਸੀਂ ਕਹਾਂਗੇ ਕਿ ਤੁਸੀਂ 1 ਕਿੱਲਾ ਜ਼ਮੀਨ ਸਾਨੂੰ ਦੇ ਦਿਓ ਠੇਕੇ ਦੇ ਜੀ, ਅਤੇ 3 ਲੱਖ ਕਰਜ਼ਾ ਮਾਫ਼ ਕਰਾ ਲਓ ਜੀ। ਇਹ ਵਿਜ਼ਨ ਵੀ ਆਏਗਾ, ਇਹ ਚਲੋ ਆਪਾਂ ਕਰਾਂਗੇ ਤੁਹਾਡੇ ਜਦੋਂ ਤੁਸੀਂ ਸਾਨੂੰ ਸਮਾਂ ਦਿਓਗੇ। ਸੋ ਕੈਪਟਨ ਸਾਹਿਬ ਦੀ ਪਰਮਿਸ਼ਨ ਦੇ ਨਾਲ ਅਸੀਂ ਉਹਨਾਂ ਦਾ ਨੰਬਰ ਪਬਲਿਕ ਦੇ ਵਿੱਚ ਜਾਂ ਚੈਨਲ ਦੇ ਉੱਪਰ ਡਿਸਪਲੇ ਕਰਾਂਗੇ, ਤਾਂ ਕਿ ਕਿਉਂਕਿ ਕਿਸੇ ਦਾ ਨੰਬਰ ਇੱਦਾਂ ਪਬਲਿਸ਼ ਕਰਨਾ ਬੜਾ ਇਤਰਾਜ਼ ਹੋ ਜਾਂਦੇ ਨੇ ਕਈ ਵਾਰੀ। ਸੋ ਇਹਨਾਂ ਤੋਂ ਅਸੀਂ ਪੁੱਛਿਆ, ਇਹਨਾਂ ਦਾ ਨੰਬਰ ਇਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਪਬਲਿਸ਼ ਕਰਾਂਗੇ, ਦੱਸਾਂਗੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਇਹਨਾਂ ਦੇ ਨਾਲ ਜੁੜਨਾ ਆ, ਜਾਂ ਕੋਈ ਵਿਚਾਰ ਸਾਂਝੇ ਕਰਨੇ, ਜਾਂ ਕੋਈ ਤੁਹਾਡੇ ਗਿਲੇ ਸ਼ਿਕਵੇ ਵੀ ਕਿਸੇ ਕਿਸਮ ਦੇ, ਜਾਂ ਕੋਈ ਸੁਝਾਅ ਦੇਣਾ ਤੁਸੀਂ ਡਾਇਰੈਕਟਲੀ ਕੈਪਟਨ ਚੰਨਣ ਸਿੰਘ ਜੀ ਨਾਲ ਕਰ ਸਕਦੇ ਹੋ। ਸੋ ਅਸੀਂ ਜਲਦੀ ਕਿਸੇ ਹੋਰ ਮੁੱਦੇ ਦੇ ਉੱਪਰ ਨਵੀਂ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਧੰਨਵਾਦ।